ਤੂੰ ਕਿਵੇਂ ਖੜੀ ਆ ਵੀਰੇ? ਮੇਰੇ ਤਾਂ ਘਰੇ ਵੜਨ ਨੂੰ ਜੀਜਾ ਨਹੀਂ ਕਰਦਾ ਜਾਂਦਾ ਜਵਾਕ ਕੇ ਆਇਆ ਜੇ 2 ਘੰਟੇ ਹੋਏ ਨੇ ਲੱਜੇ ਗਏ ਨੂੰ ਮਨ ਜੀ ਛੜੀ ਜਾਂਦਾ ਜਣੋ ਦੀ। ਲੈ ਪੈਣ ਮੈਂ ਲਵਾ ਦਿੰਦੀ ਤੇਰੇ ਨਾਲ ਤਾਂ। ਚਲ ਕੋਈ ਨਾ ਟਹਿਣ ਤੱਕ ਹੀ ਹੈ। ਆਹੋ ਸੌਂ ਗਿਆ ਨੂਰ? ਹਾਂ ਸੌਂ ਗਿਆ ਭੈਣੇ। ਅੱਛਾ ਚੱਲ ਪੈ ਜੂਗਾ ਘੰਟਾ। ਹੋਰ ਮਨਪ੍ਰੀਤ, ਰਾਜੇ ਦਾ ਆਇਆ ਤੀ ਫੋਨ? ਕੀ ਮਾਹੌਲ ਹੈ ਹੁਣ ਬਾਰਡਰ ਤੇ? ਮਾਹੌਲ ਤਾਂ ਬਹੁਤ ਖਰਾਬ ਹੋਇਆ ਪਿਆ ਭੈਣੇ। ਉਹ ਕਹਿੰਦਾ ਰੋਜ਼ ਦੀ ਰੋਜ਼ ਚੀਨੀਆਂ ਨਾਲ ਗੋਲੀ ਚੱਲਦੀ ਹੈ, ਕੋਈ ਨਾ ਕੋਈ ਹਿਲਜੁਲ ਹੁੰਦੀ ਹੋ ਰਹਿੰਦੀ ਹੈ ਰੋਜ਼। ਬੂ ਮੈਂ ਮਰ ਜਾ, ਇਹ ਤਾਂ ਕੰਮ ਹੀ ਖਰਾਬ ਹੋਇਆ ਪਿਆਗਾ। ਇਹ ਗੋਰਖੇ ਜੇ ਪਤਾ ਨਹੀਂ ਕਿਉਂ ਨੂੰ ਟਿਕਦੇ ਮਰ ਜਾਣੇ। ਹੋਰ ਮਰ ਜਾਣੇ ਕਬਜ਼ਾ ਕਰਨ ਨੂੰ ਫਿਰਦੇ ਨੇ ਇੰਡੀਆ ਤੇ। ਐਵੇਂ ਰੌਲਾ ਪਾ ਕੇ ਬਹਿ ਜਾਂਦੇ ਨੇ ਵੀ ਆਹ ਜ਼ਮੀਨ ਸਾਡੀ, ਆਹ ਜ਼ਮੀਨ ਸਾਡੀ ਹੈ। ਹੋਰ ਸੱਚੀ ਮੈਨੂੰ ਤਾਂ ਬਾਲੇ ਗੁੱਸਾ ਚੜਦਾ ਨਾ ਤੇ ਮਰ ਜਾਣਾ ਤੇ। ਇਹਨਾਂ ਨੂੰ ਐ ਨਹੀਂ ਆਉਣਾ ਰਹਿ ਜਾਣਾ ਨੂੰ। ਜਦੋਂ ਬੰਦਾ ਮਰਦਾ ਹੈ ਬੰਦੇ ਨੂੰ ਕਿੰਨੀ ਕੁ ਜ਼ਮੀਨ ਚਾਹੀਦੀ ਹੁੰਦੀ ਹੈ? ਭੋਰਾ ਭਰ ਜ਼ਮੀਨ ਚਾਹੀਦੀ ਨੇ ਬੰਦੇ ਨੂੰ। ਪਤਾ ਨਹੀਂ ਮਰ ਜਾਣਿਆਂ ਨੂੰ ਕੀ ਮਿਲਦਾ ਰੌਲਾ ਪਾ ਕੇ, ਨਾਲੇ ਆਪਦੇ ਬੰਦੇ ਮਰਵਾਈ ਜਾਂਦੇ ਨੇ, ਆਪਣੇ ਵਾਲਿਆਂ ਨੂੰ ਮਾਰੀ ਜਾਂਦੇ ਨੇ। ਤੇ ਹੋਰ ਇਹਦੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਵੀ ਉੱਤੋਂ ਬੈਠੇ ਆਰਡਰ ਲਾਈ ਜਾਂਦੇ ਆ ਅਸੀਂ, ਪੁੱਤਾ ਅਗਲੇ ਦੇ ਮਰਦੇ ਨੇ। ਸਹੀ ਗੱਲ ਹੈ, ਹੁਕਮ ਚਲਾਈ ਜਾਂਦੇ ਨੇ ਬੈਠੇ। ਉਹੀ ਤਾਂ ਗੱਲ ਹੈ, ਮੈਨੂੰ ਤਾਂ ਆਪ ਬਾਲਾ ਫਿਕਰ ਲੱਗਿਆ ਰਹਿੰਦਾ ਭੈਣੇ, ਕਦੋਂ ਸ਼ਾਂਤ ਹੋਊਗਾ ਇਹ ਮਾਹੌਲ। ਕੋਈ ਨਾ ਮਨਪ੍ਰੀਤ, ਤੂੰ ਫਿਕਰ ਨਾ ਕਰਿਆ ਕਰ, ਸਭ ਕੁਝ ਠੀਕ ਹੋ ਜਾਊਗਾ। ਕੋਈ ਨਾ, ਲਓ ਆ ਗਿਆ ਆਪਣਾ ਪਿੰਦਾ ਵੀ। ਰੋਟੀ ਬਣਾ ਰੱਖੀ ਹੈ ਬੀ? ਹਾਂ ਹਾਂ ਬਣੀ ਪਈ ਹੈ ਬਾਈ, ਮੈਂ ਫੜਾਉਣੀ ਆ। ਬਹਿ ਜਾ ਤੂੰ ਇਹਨੇ। ਨਾ ਕੋਈ ਨਾ, ਮੈਂ ਖਾ ਲੈਣਾ। ਕੋਈ ਨਾ ਚੱਲ, ਕੋਈ ਨਾ ਬਹਿ ਜਾ, ਮੈਂ ਫੜਾ ਦੂੰ। ਨਹੀਂ ਨਹੀਂ ਲੋੜ ਹੀ ਨਹੀਂ। ਕੋਈ ਨਾ ਬਾਈ, ਫੜਾਉਂਦੀ ਇਹ, ਕੋਈ ਨਾ ਫੜਾ ਦੂਗੀ। ਧਰ ਦੇ ਬੱਕਾ ਇੱਥੇ। ਦਾਲ ਕਾਹਦੀ ਬਣਾਈ ਹੈ ਭਾਬੀ? ਬੰਦ ਗੋਭੀ ਤੇ ਮਟਰ ਬਣਾਏ ਨੇ ਬਾਈ ਭੈਣ ਨੇ। ਅੱਛਾ ਚੱਲ, ਕਿਉਂ ਪਾ ਲਈ ਦੇਸੀ? ਨਾ ਕੋਈ ਨਾ ਪਾ ਦੂੰ। ਹਾਂ ਕੋਈ। ਕਿਵੇਂ ਬਾਈ? ਠੀਕ ਹੈ ਬਿੰਦੇ, ਵਧੀਆ। ਕੱਲ੍ਹ ਨੂੰ ਮੈਂ ਜਾਣਾ ਮਾਨਸਾ ਆੜਤੀਆਂ ਦੇ। ਹਾਂ ਮੈਂ ਤੈਨੂੰ ਐਂ ਕਹਿੰਦੀ ਵੀ ਤੈਨੂੰ ਬੱਸ 'ਤੇ ਜਾਣ ਦੀ ਲੋੜ ਨਹੀਂ, ਮੇਰੇ ਨਾਲ ਹੀ ਵਗ ਚੱਲੀ, ਮੈਂ ਤੈਨੂੰ ਲਾ ਜੂੰ ਜਾਂਦਾ ਹੋਇਆ ਕਾਲਜ ਪੂਰੇ। ਅੱਛਾ ਚੱਲ, ਫਿਰ ਤਾਂ ਬਾਹਲੀ ਵਧੀਆ ਹੈਗਾ, ਤੇਰੇ ਨਾਲ ਵਗ ਚੱਲੂ ਮੈਂ। ਹੋਰ ਹੋਰ, ਮੈਂ ਤਾਂ ਹੀ ਦੱਸਿਆ ਤੈਨੂੰ। ਨਾ ਕੋਈ ਨਾ ਵਗ ਚੱਲੂ। ਹਾਂ ਮੈਂ ਕਿਹਾ ਮੇਰੇ ਨਾਲ ਹੀ ਵਗ ਚੱਲੇਗਾ। ਨਾ ਨਾ ਕੋਈ ਨਾ, ਤੇਰੇ ਨਾਲ ਵਗ ਚੱਲੂ। ਹੋਰ ਕਿੰਨਾ ਕੁ ਚਿਰ ਰਹਿ ਗਿਆ ਤੇਰੇ ਫਿਰ ਪੇਪਰਾਂ ਦਾ? 2 ਕੁ ਮਹੀਨੇ ਰਹਿ ਗਏ ਬਾਈ, ਫਿਰ ਤਾਂ ਕਾਲਜ ਤੋਂ ਫ੍ਰੀ ਹੋ ਜਾਵਾਂਗੇ। ਅੱਛਾ ਹਾਂ ਚੱਲ, ਵਧੀਆ ਵੀ ਇਹੋ ਜਿਹੇ ਤੇਰੇ। ਹਾਂ 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 ਵਧੀਆ। ਹੋਰ ਫਿਰ ਗਾਹਾਂ ਕੀ ਸੋਚਿਆ? ਗਾਹਾਂ ਤਾਂ ਬਾਈ ਯਾਰ ਚੱਕਰ ਜਿਹੇ 'ਚ ਪਏ ਫਿਰਦੇ ਅਸੀਂ ਸਾਰੀ, ਮੇਰੇ ਨਾਲ ਦੇ ਵੀ ਐਂ ਸੋਚੀ ਜਾਂਦੇ ਵੀ ਗਾਹਾਂ ਕੀ ਕਰੀਏ, ਨੌਕਰੀਆਂ ਕਿਹੜਾ ਬਾਈ ਛੇਤੀ ਮਿਲਦੀਆਂ ਨੇ। ਮੇਰਾ ਤਾਂ ਇਰਾਦਾ ਫੌਜ 'ਚ ਟਰਾਈ ਕਰ ਲਈਏ। ਫੌਜ 'ਚ ਟਰਾਈ ਕਰ ਲਈਏ? ਯਾਰ ਫੌਜ ਉੱਧਰ ਮਾਹੌਲ ਖਰਾਬ ਹੈ ਯਾਰ, ਮੈਨੂੰ ਤਾਂ ਰਾਜੇ ਦੀ ਫਿਕਰ ਰਹਿੰਦਾ ਆਪਣੇ ਦਾ। ਮਾਹੌਲ ਤਾਂ ਦੇਖ ਕਿੰਨਾ ਖਰਾਬ ਹੋ ਰਿਹਾ ਉੱਥੇ। ਬਾਈ ਯਾਰ ਸਦਾ ਥੋੜ੍ਹੀ ਇਹੋ ਜਿਹਾ ਮਾਹੌਲ ਰਹਿੰਦਾ ਹੁੰਦਾ ਹੈ, ਮਾਹੌਲ ਤਾਂ ਬਦਲਦੀ ਹੈ। ਹਾਂ ਇਹ ਤਾਂ ਗੱਲ ਤੇਰੀ ਠੀਕ ਹੈ, ਪਰਮਾਤਮਾ ਦੀ ਕਿਰਪਾ ਹੋ ਜਾਏਗੀ ਇਹ ਮਾਹੌਲ ਟਿਕੀ ਜਾਵੇ। ਹਾਂ ਇਹ ਤਾਂ ਤੇਰੀ ਗੱਲ ਸਹੀ ਹੈ ਬਾਈ, ਕੋਈ ਨਾ ਟਿਕ ਜੂ। ਤੂੰ ਐਂ ਕਰ, ਫੌਜ 'ਚ ਵੀ ਕਰ ਲੈ ਟਰਾਈ, ਅਤੇ ਨਾਲ ਹੋਰ ਪਾਸੇ ਵੀ ਪੋਸਟਾਂ ਭਰਦਿਆ ਰਿਹਾ ਕਰ ਜਿਹੜੀਆਂ ਨਿਕਲਦੀਆਂ ਨੇ BA ਦੇ ਆਧਾਰ 'ਤੇ। BA ਕਿਹੜੇ ਵੇਲੇ ਕੰਮ? ਨਾਲੇ ਮੈਂ ਕਹਿੰਦਾ ਯਾਰ ਤੂੰ ਐਂ ਕਰ, BA ਕਰ ਲੈ ਤੂੰ। ਉਹ ਤਾਂ ਤੇਰੀ ਗੱਲ ਠੀਕ ਹੈ ਬਾਈ, BA ਵਾਲੇ ਵੀ ਬਥੇਰੇ ਵਿਹਲੇ ਤੁਰੇ ਫਿਰਦੇ ਨੇ, ਬਥੇਰੀ ਫਿਰਦੀ ਹੈ ਜਨਤਾ, ਫਿਰਦੀ ਤਾਂ ਹੈਗੀ ਹੈ। ਹਾਂ ਚੱਲ ਕੋਈ ਨਾ ਬਾਈ, ਸੋਚਦੇ ਹਾਂ ਫਿਰ। ਸੋਚੇਗਾ ਹੋਰ ਕਦੋਂ, ਸੋਚ ਕੇ ਰੱਖ। ਕੋਈ ਨਾ ਕੋਈ ਨਾ ਬਾਈ, ਕੋਈ ਨਾ ਕੋਈ ਨਾ ਨਹੀਂ, ਮੈਨੂੰ ਆਇਆ ਵੀ ਤੇਰਾ ਕਿਸੇ ਪਾਸੇ ਬਣ ਜੇ ਨੌਕਰੀ ਵਾਲਾ ਕੰਮ, ਸੈਟਿੰਗ ਹੋ ਜੇ ਤੇਰੀ, ਨਹੁੰ ਅੜਕ ਜੇ ਤੇਰਾ। ਚੱਲ ਮੈਂ ਵੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂ, ਹੈ ਵਿਆਹ ਵੂ ਕਰੀਏ ਫਿਰ ਤੇਰਾ। ਕੋਈ ਨਾ ਕੋਈ ਨਾ ਬਾਈ, ਹਲੇ ਵਿਆਹ ਨੂੰ ਕੀ ਹੋਇਆ, ਕੋਈ ਨਾ ਕਰਾ ਲਾਂਗੇ। ਲੈ ਵਿਆਹ ਨੂੰ ਕੀ ਹੋਇਆ ਕਹਿੰਦਾ, ਹੋਰ ਹੁਣ ਬੁੜਾ ਹੋ ਕੇ ਕਰਾਏਗਾ ਤੂੰ? ਵਿਆਹ ਤਾਂ, ਵਿਆਹ ਵਾਲੀ ਉਮਰ ਹੋ ਰਹੀ ਹੈ ਤੇਰੀ, ਦੱਸ ਵਿਆਹ ਤਾਂ ਕਰਾਉਣਾ ਹੀ ਹੈ ਕਿ ਨਹੀਂ? ਚੱਲ ਚੰਗਾ ਫਿਰ, ਮੈਂ ਤਾਂ ਤੈਨੂੰ ਐਂ ਕਹਿੰਦੀ ਮੈਂ ਇਕੱਠੇ ਚੱਲਾਂਗੇ ਚੰਗਾ ਤੜਕੇ। ਨਾ ਕੋਈ ਨਾ ਬਾਕ ਚੱਲਾਂਗੇ। ਹਾਂ ਨਾ ਬਾਕ ਤੇਰਾ ਮੈਂ ਤੈਨੂੰ ਲਾ ਜੂੰਗਾ, ਫਿਰ ਮੈਨੂੰ ਹੋਰ ਵੀ ਕੰਮ ਨੇ ਉੱਥੇ 2-3 ਆੜਤੀਆਂ ਦੇ ਵੀ ਜਾ ਕੇ ਆਉਣੇ ਨਾਲੇ। ਅੱਛਾ ਜੇ ਆਉਂਦੇ ਹੋਏ ਆਪਣਾ ਠੀਕ ਬੈਠਾ ਤਾਂ ਮੈਂ ਲੈ ਵੀ ਆਉਂ ਤੈਨੂੰ। ਨਾ ਕੋਈ ਨਾ, ਜੇ ਮਗਰ ਮੂਹਰਾ ਹੋ ਗਿਆ ਮੈਂ ਤਾਂ ਬੱਸ 'ਤੇ ਵੀ ਆ ਜਾਊਂ। ਹਾਂ ਬੱਸ ਚੜ੍ਹ ਜਾਏਗੀ। ਹਾਂ ਤੂੰ ਕਰੇ ਆਈ ਆਪਦੇ ਕੰਮ। ਹਾਂ ਮੈਂ ਤਾਂ ਕਰੇ, ਕਈ ਵਾਰ ਟਾਈਮ ਲੱਗ ਜਾਂਦਾ ਫਿਰ। ਹਾਂ ਲੱਗ ਜਾਂਦਾ ਫਿਰ ਤਾਂ। ਚੱਲ ਦੇਖ ਲੂੰ ਮੈਂ ਤੈਨੂੰ ਦੱਸ ਦੂੰਗਾ। ਨਾ ਨਾ ਕੋਈ ਨਾ, ਜੇ ਟਾਈਮ ਦੀ ਸੈਟਿੰਗ ਬੈਠੀ। ਨਾ ਕੋਈ ਨਾ, ਹੋਰ ਆਈ ਤੀ। ਚੱਲ ਚੰਗਾ ਫਿਰ, ਮੈਂ ਤਾਂ ਹੀ ਕਹਿੰਦੀ। ਚੰਗਾ ਕੋਈ।
ਹੋਰ ਬੇਬੇ ਠੀਕ ਠਾਕ ਹੈ? ਹਾਂ ਠੀਕ ਹਾਂ ਪੁੱਤ, ਵਧੀਆ। ਹੋਰ ਪੁੱਤ ਬਿੰਦਰਾ, ਤੇਰੀ ਬੀਬੀ ਪਾਪਾ ਠੀਕ ਤੇ ਦੋਨੇ? ਹਾਂ ਠੀਕ ਸੀ ਬੇਬੇ, ਤੂੰ ਦੱਸ ਤੇਰੀ ਸਿਹਤ ਕਿਵੇਂ ਹੈ? ਠੀਕ ਹੈ ਪੁੱਤ, ਪਰਮਾਤਮਾ ਦੀ ਕਿਰਪਾ ਨਾਲ ਤੁਰੇ ਫਿਰਦੇ ਹਾਂ। ਚੱਲ ਪਰਮਾਤਮਾ ਦੀ ਕਿਰਪਾ ਹੀ ਚਾਹੀਦੀ ਹੈ। ਹਾਂ ਇਹ ਤਾਂ ਹੈ ਪੁੱਤ, ਮੇਰਾ ਨਾ ਬੇਬੇ ਕਈ ਦਿਨਾਂ ਦਾ ਜੀ ਜਾ ਕਰੀ ਜਾਂਦਾ ਸੀ। ਮੈਂ ਇਹਨਾਂ ਨੂੰ ਕਿਹਾ ਚੱਲ ਆਪਾਂ ਬੇਬੇ ਕੋਲੇ ਚੱਲ ਕੇ ਆਈਏ, ਇੱਕ ਦੋ ਦਿਨ ਲਾ ਕੇ ਆਵਾਂਗੇ। ਇੱਕ ਤਾਂ ਠੰਡ ਇੰਨੀ ਸੀ, ਨਿੱਕੇ ਨਿੱਕੇ ਦਿਨ ਹੋ ਰਹੇ ਨੇ, ਨਿਕਲੇ ਹੀ ਨਹੀਂ ਗਿਆ ਕਿਸੇ ਪਾਸੇ। ਹੋਰ ਐਤਕੀ ਠੰਡ ਤਾਂ ਬਾਲੀ ਹੀ ਤੀ ਪੁੱਤ। ਹੋਰ ਇੰਨੀ ਠੰਡ, ਫਿਰ ਮੈਂ ਕਿਹਾ ਜਾਣਾ ਤਾਂ ਪਊਗਾ, ਜਾਵਾਂਗੇ ਆਪਾਂ ਤਾਂ। ਕਈ ਦਿਨ ਹੋ ਗਏ ਪੁੱਤ, ਮੇਰੇ ਤੋਂ ਤਾਂ ਠੰਡ ਕਰਕੇ ਗੁਰੂ ਘਰ ਬਣੀ ਜਾਇਆ ਗਿਆ। ਧੂਫ ਬੱਤੀ ਲਾ ਕੇ ਕਰੀ ਪਰਮਾਤਮਾ ਦਾ ਨਾਂ ਲੈ ਲੈਂਦੇ ਹਾਂ ਫਿਰ। ਕੋਈ ਗੱਲ ਨਹੀਂ ਬੇਬੇ, ਫਿਰ ਕਿਉਂ ਇਹ ਨਹੀਂ ਜਾਇਆ ਗਿਆ? ਰੱਬ ਦਾ ਨਾਂ ਆ, ਜਿੱਥੇ ਮਰਜ਼ੀ ਲੈ ਲਓ। ਉਹੀ ਤਾਂ ਗੱਲ ਹੈ, ਜਦੋਂ ਠੰਡਾ ਜਾਏ ਨਹੀਂ ਜਾਂਦਾ ਫਿਰ ਕੀ ਗੱਲ ਹੈ, ਜਿੱਥੇ ਮਰਜ਼ੀ ਬਹਿ ਕੇ ਲੈ ਲਓ, ਘਰੇ ਬਹਿ ਕੇ ਲੈ ਲਓ, ਰੱਬ ਤਾਂ ਅੰਦਰ ਹੀ ਹੈ ਬੇਬੇ। ਹੋਰ ਠੰਡ 'ਚ ਜਾਣਾ ਔਖਾ ਹੋ ਜਾਂਦਾ ਗੱਲ ਹੈ। ਹਾਂ ਸਹੀ ਗੱਲ ਹੈ ਫਿਰ, ਬਾਕੀ ਹੁਣ ਉਮਰ ਦੇ ਹਿਸਾਬ ਨਾਲ ਬੇਬੇ ਨੂੰ ਤਾਂ ਵੀ ਠੰਡ ਤੋਂ ਬਚਾ ਰੱਖਣਾ ਚਾਹੀਦਾ। ਪਹਿਲੀ ਗੱਲ ਤਾਂ ਆਪਾਂ ਨੂੰ ਸਾਰਿਆਂ ਨੂੰ ਬਚਾ ਰੱਖਣਾ ਚਾਹੀਦਾ, ਇਹ ਤਾਂ ਜਵਾਨਾਂ ਨੂੰ ਵੀ ਸਿੱਟ ਲੈਂਦੇ ਹੈਗੀ, ਐਤਕੀ ਤਾਂ ਠੰਡ 'ਚ ਬਿਮਾਰੀ ਵਾਲੇ ਹੋਈ ਜਾਂਦੇ ਨੇ। ਹੋਰ ਪੁੱਤ, ਮੈਂ ਤਾਂ ਬਹੁਤ ਬਚਾ ਰੱਖਦੀ ਹਾਂ, ਨਹੀਂ 5:30 ਵਜੇ ਜਾ ਕੇ ਮੈਂ ਤਾਂ ਗੁਰੂ ਘਰ ਸੇਵਾ ਵੀ ਕਰ ਲੈਂਦੀ, ਮਾੜਾ ਮੋਟਾ ਰੜਕਾ ਮਾਰ ਲੈਂਦੇ, ਹੁਣ ਤਾਂ ਜਾਂਦੀ ਨਹੀਂ ਹੈਗੀ ਵੀ ਠੰਡ ਵਾਲੀ ਹੈ। ਹਾਂ ਫਿਰ ਠੰਡ ਵਾਲੀ ਹੈ ਨਾ ਬੇਬੇ, ਜਦੋਂ ਮਾੜੇ ਜਿਹੇ ਦਿਨ ਜੇ ਖੁੱਲ੍ਹ ਗਏ, ਮਾੜੀ ਧੁੱਪਾਂ ਜਿਹੀ ਲੱਗਣ ਲੱਗ ਗਿਆ, ਫਿਰ ਵਗ ਜਾ ਕਰੀ, ਮੌਸਮ ਜਿਹਾ ਠੀਕ ਹੋਏ ਤੂੰ। ਹਾਂ ਹੀ ਕਰੂੰਗੀ ਪੁੱਤ ਫਿਰ। ਹੈ ਬੇਬੇ, ਮੈਂ ਤਾਂ ਐਂ ਕਹਿੰਦੀ ਸੀ ਜੀ ਆਪਾਂ ਮਨਪ੍ਰੀਤ ਨੂੰ ਵੀ ਫੋਨ ਕਰਦੀ, ਉਹ ਵੀ ਆਜੂਗੀ, ਦੋ ਦਿਨ ਲਾਜੂਗੀ ਸਾਡੇ ਬਹਾਨੇ। ਹਾਂ ਇਹ ਤਾਂ ਤੇਰੀ ਗੱਲ ਸਹੀ ਹੈ ਪੁੱਤ, ਪਰ ਜੇ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਵੀ ਅਸੀਂ ਆਵਾਂਗੇ, ਫਿਰ ਮੈਂ ਉਹਨੂੰ ਫੋਨ ਕਰ ਦਿੰਦੀ, ਉਹ ਵੀ ਆ ਜਾਂਦੀ, ਚੱਲ ਮਿਲ ਲੈਂਦੀ ਆ ਤੁਸੀਂ। ਮੇਰੇ ਦਿਮਾਗ 'ਚ ਤਾਂ ਬੇਬੇ ਆਇਆ ਸੀਗਾ, ਫਿਰ ਮੈਂ ਰੁਕ ਗਈ, ਮੈਂ ਚੱਲ ਪਹਿਲਾਂ ਬੇਬੇ ਨਾਲ ਗੱਲ ਕਰੂੰਗੀ, ਫਿਰ ਉਹਨੂੰ ਪੁੱਛਾਂਗੇ ਫੋਨ ਕਰਕੇ ਵੀ ਉਹ ਤੋਂ ਆਇਆ ਜਾਊਗਾ ਕਿ ਨਾ ਆਇਆ ਜਾਊਗਾ, ਅਗਲੇ ਦੇ ਘਰ ਦਾ ਸੌ ਹਿਸਾਬ ਕਿਤਾਬ ਹੁੰਦਾ ਬੇਬੇ। ਹੋਰ ਇਹ ਤਾਂ ਠੀਕ ਹੈ ਪੁੱਤ, ਪੁੱਛਣਾ ਤਾਂ ਪੈਂਦਾ ਹੀ ਹੈ। ਆਹੋ ਪੁੱਛਣਾ ਤਾਂ ਪਊਗੀ ਅਗਲੇ ਨੂੰ, ਲਾ ਲਓ ਉਹਨੂੰ ਫੋਨ, ਲਾ ਲਓ ਫੋਨ, ਲਾ ਕੇ ਪੁੱਛ ਲਓ ਵੀ ਆਇਆ ਜਾਊ ਕਿ ਨਾ, ਤੋ ਜੇ ਤਾਂ ਆਇਆ ਜਾਊ ਚੰਗੀ ਗੱਲ ਹੈ। ਕਰ ਫਿਰ ਪੰਮੀ ਫੋਨ, ਪੁੱਛ ਲੈ ਫੋਨ ਤੁਹਾਡਾ, ਕਰ ਲੈਣੇ ਮਨਪ੍ਰੀਤ ਨੂੰ ਫੋਨ, ਉਹ ਪੁੱਛ ਲੈ ਜੇ ਤਾਂ ਉਹ ਤੋਂ ਆਇਆ ਜਾਂਦਾ ਆਜੂਗੀ। ਭੈਣੇ ਮੇਰੀ ਭੈਣ ਦਾ ਫੋਨ ਆਇਆ ਸੀ ਪੰਮੀ ਦਾ, ਉਹ ਪਿੰਡ ਆਏ ਹੋਏ ਨੇ ਦੋਨੇ ਜੀ ਬੇਬੇ ਕੋਲੇ, ਕਹਿੰਦੀ ਜੇ ਤੂੰ ਆ ਸਕਦੀ ਤੂੰ ਆ ਜਾ, ਗੱਲਾਂ ਬਾਤਾਂ ਕਰ ਲਾਂਗੇ, ਕਹਿੰਦੀ ਵਾਹਵਾ ਟਾਈਮ ਹੋ ਗਿਆ ਮਿਲਿਆਂ ਨੂੰ ਆਪਾਂ ਨੂੰ। ਅੱਛਾ ਅੱਛਾ, ਚੱਲ ਕੋਈ ਨਾ ਮਨਪ੍ਰੀਤ, ਵਗ ਜੀ ਬਾਈ ਤੂੰ, ਕੋਈ ਗੱਲ ਨਹੀਂ। ਠੀਕ ਹੈ ਭੈਣੇ, ਤਾਂ ਹੀ ਪੁੱਛਿਆ ਸੀ ਤੈਨੂੰ, ਮੈਂ ਭੈਣ ਨੂੰ ਪੁੱਛ ਕੇ ਦੱਸਦੀ ਹਾਂ। ਨਾ ਨਾ ਕੋਈ ਗੱਲ ਨਹੀਂ, ਮੈਨੂੰ ਕੀ ਪੁੱਛਣਾ? ਨਾ ਭੈਣੇ ਤੂੰ ਇਸ ਘਰ 'ਚ ਵੱਡੀ ਹੈ, ਮੇਰਾ ਫਰਜ਼ ਬਣਦਾ ਤੈਨੂੰ ਪੁੱਛਣ ਦੱਸਣ ਦਾ। ਕੋਈ ਨਾ ਮਨਪ੍ਰੀਤ, ਫੇਰ ਕੀ ਹੋ ਗਿਆ, ਪੁੱਛਣ ਵਾਲੀ ਕਿਹੜੀ ਗੱਲ ਹੈ? ਕੋਈ ਨਾ, ਤੂੰ ਮੇਰਾ ਬਥੇਰਾ ਸਤਿਕਾਰ ਕਰਦੀ ਹੈ ਭੈਣੇ। ਕੋਈ ਨਾ ਮਨਪ੍ਰੀਤ, ਬਗ ਜੀ ਬਾਈ ਤੂੰ, ਸਮਾਂ ਜਦੋਂ ਇਕੱਠੇ ਹੁੰਦੇ ਆ ਭੈਣ ਭਾਈ, ਦੁੱਖ ਸੁੱਖ ਹੋ ਜਾਂਦਾ। ਚੱਲ ਠੀਕ ਹੈ ਭੈਣੇ, ਫਿਰ ਮੈਂ ਕਰਦੀ ਹਾਂ ਤੇਰੀ, ਚੰਗਾ ਕਰ ਲੈ। ਨੂਰ ਨੂੰ ਧਿਆਨ ਨਾ ਲੈ ਜੀ ਠੰਡ ਠੁੰਡ ਤੋਂ। ਨਾ ਕੋਈ ਨਾ, ਮੋਟੇ ਕੱਪੜੇ ਪਾ ਲੈ, ਚੱਲ ਮੈਂ ਚੜਾ ਆਉਂਗੀ ਤੈਨੂੰ। ਚੱਲ ਵਧੀਆ ਹੋ ਗਿਆ ਭੈਣੇ, ਆਪਾਂ ਇਕੱਠੇ ਹੋ ਗਏ ਸਾਰੇ। ਮੈਨੂੰ ਤਾਂ ਐਂ ਸੀ ਵੀ ਘਰਾਂ ਦਾ ਸੌ ਹਿਸਾਬ ਕਿਤਾਬ ਹੁੰਦਾ, ਪਤਾ ਨਹੀਂ ਤੇਰੇ ਤੋਂ ਆਇਆ ਜਾਊਗਾ, ਪਤਾ ਨਹੀਂ ਨਾ। ਨਾ ਨਾ ਭੈਣੇ, ਸੁਖਪਾਲ ਭੈਣ ਕਹਿੰਦੀ, ਮੇਰੀ ਜਠਾਣੀ ਕਹਿੰਦੀ, ਵਗ ਜਾ ਸੌਂ, ਕਹਿੰਦੀ ਵਧੀਆ ਗੱਲ ਹੈ, ਤੁਸੀਂ ਸਾਰੇ ਭੈਣ ਭਾਈ ਇਕੱਠੇ ਹੋ ਜਾਓਗੇ, ਸੌ ਗੱਲਬਾਤ ਹੁੰਦੀ ਹੈ ਆਪਦੀ, ਹੁਣ ਤਾਂ ਖੁਸ਼ ਹੋ ਕੇ ਤੋਰਿਆ ਮੈਨੂੰ। ਚੱਲ ਵਧੀਆ ਹੋ ਗਿਆ ਭੈਣੇ, ਐਵੇਂ ਕਹਿ ਦਈਏ ਚੰਗੀ ਹੈ ਤੇਰੀ ਜਠਾਣੀ ਵੀ ਵਿਚਾਰੀ। ਹਾਂ ਹਾਂ ਬਹੁਤ ਚੰਗੀ ਹੈ ਵਿਚਾਰੀ ਉਹ ਤਾਂ। ਨਾ ਨਾ ਠੀਕ ਹੈ ਵਿਚਾਰੀ, ਬਾਕੀ ਤੂੰ ਵੀ ਉਹਦੀ ਬਹੁਤ ਇੱਜ਼ਤ ਕਰਦੀ ਹੈ, ਉਹ ਤਾਂ ਭੈਣੇ ਹੱਥ ਨੂੰ ਹੱਥ ਹੁੰਦਾ। ਹਾਂ ਠੀਕ ਹੈ ਭੈਣੇ। ਹੋਰ ਬਾਈ ਉੱਥੇ ਸਾਰੇ ਠੀਕ ਨੇ, ਮਾਸੀ ਮਾਸੜ? ਹਾਂ ਠੀਕ ਨੇ ਸਾਰੇ, ਠੀਕ ਨੇ, ਤੂੰ ਦੱਸ ਮਨਪ੍ਰੀਤ? ਹਾਂ ਵਧੀਆ ਠੀਕ ਠਾਕ ਬਾਈ। ਹੋਰ ਬੇਬੇ ਤੂੰ ਠੀਕ ਰਹਿਨੀ ਹੈ? ਠੀਕ ਆ ਪੁੱਤ, ਮੈਂ ਤਾਂ ਵਧੀਆ ਠੀਕ ਆ। ਚੱਲ ਵਧੀਆ ਗੱਲ ਹੈ ਬੇਬੇ, ਕਦੇ ਕਦੇ ਤਾਂ ਮੈਂ ਸੋਚਦੀ ਹਾਂ ਚੱਲ ਵਧੀਆ ਆਪਣੇ ਚਾਚੇ ਕੇ ਤੈਨੂੰ ਕੋਲੇ ਸਾਰ ਹੈਗਾ, ਹੈਨੀ, ਨਹੀਂ ਤਾਂ ਤੂੰ ਕੱਲੀ ਰਹਿ ਜੇ ਤੈਨੂੰ ਵੀ ਔਖਾ ਹੈਗਾ, ਚੱਲ ਉਹਨਾਂ ਨਾਲ ਤੇਰਾ ਟਾਈਮ ਪਾਸ ਹੋ ਜਾਂਦਾ ਵਧੀਆ। ਹੋਰ ਪੁੱਤ ਬਹੁਤ ਸਾਰ ਹੈ ਮੈਨੂੰ ਉਹਨਾਂ ਦਾ, ਤਾਂ ਮੈਂ ਆਪਣੇ ਘਰੇ ਤਾਂ ਕੱਲੀ ਕਰਕੇ ਘੱਟੀ ਰਹਿੰਦੀ ਹਾਂ, ਉੱਥੇ ਵੱਧ ਰਹਿੰਦੀ ਹਾਂ, ਮੈਂ ਤੇ ਤੇਰੀ ਚਾਚੀ ਉੱਥੇ ਗੱਲਾਂ ਮਾਰੀ ਜਾਂਦੇ ਹਾਂ ਬੈਠੀਆਂ। ਚੱਲ ਵਧੀਆ ਟਾਈਮ ਪਾਸ ਹੋ ਜਾਂਦਾ ਪੁੱਤ। ਬਾਕੀ ਪੁੱਤ ਤੇਰੇ ਚਾਚੇ ਦਾ ਪੋਤਾ ਆਪਣੇ ਜਮੀ ਨੂਰ ਵਰਗਾ ਹੈ, ਬਾਲਾ ਹੀ ਮੋਹ ਕਰਦਾ ਮੇਰਾ, ਮੈਂ ਉਹਦੇ ਨੂੰ ਕਹਾਣੀਆਂ ਕੁਣੀਆਂ ਜਿਹੀਆਂ ਸੁਣਾਉਂਦੀ ਰਹਿੰਦੀ ਹਾਂ, ਜੇ ਮੈਂ ਆਪਣੇ ਘਰੇ ਆਵਾਂ ਆਪਣੇ ਘਰੇ ਮੇਰੇ ਨਾਲ ਆ ਜਾਂਦਾ, ਜੇ ਉੱਧਰ ਜਾਵਾਂ ਉੱਧਰ ਵਗ ਜਾਂਦਾ, ਬਾਲਾ ਹੀ ਮੋਹ ਕਰਦਾ ਮੇਰਾ। ਵਧੀਆ ਬੇਬੇ ਤੂੰ ਮੋਹ ਕਰਦੀ ਆ ਤਾਂ ਕਰਦਾ, ਜਵਾਕਾਂ ਨੂੰ ਮੋਹ ਪਿਆਰ ਦਾ ਹੀ ਹੁੰਦਾ ਹੈਗਾ, ਹੋਰ ਤੂੰ ਜ਼ਿਆਦਾ ਕਰਦੀ ਆ ਉਹਦਾ ਕਹਾਣੀਆਂ ਸੁਣਾਉਣੀਆਂ, ਸੁਣਦਾ ਜਵਾਕ ਨਿਆਣਾ। ਸਹੀ ਗੱਲ ਹੈ, ਚੱਲ ਨੂਰ ਨਾਲ ਹੁਣ ਵਧੀਆ ਖੇਡੀ ਜਾਊਗਾ ਤੇ ਉਹਨਾਂ ਦਾ ਟਾਈਮ ਪਾਸ ਹੋ ਜੂ ਇਕੱਠਿਆਂ ਦਾ। ਹੋਰ ਪੁੱਤ ਪਤਾ ਲੱਗ ਗਿਆ ਵੀ ਨੂਰ ਆ ਰਿਹਾ, ਉਹਦੀ ਭੱਜਿਆ ਆਇਆ ਦੇਖ ਲੈ, ਨੂਰ ਦਾ ਮਾਰਾ ਅੰਦਰ ਖੇਡਣ ਲੈ ਰਹੇ ਨੇ ਦੋਨੇ। ਹਾਣ ਨੂੰ ਹਾਣ ਪਿਆਰਾ ਹੁੰਦਾ ਬੇਬੇ, ਜਵਾਕਾਂ ਨੂੰ ਹੁੰਦਾ ਹੀ, ਹੋਰ ਹੋਰ ਬੱਚਿਆਂ ਦਾ ਖੇਡਣ ਦਾ ਹੀ ਹੁੰਦਾ ਵਾਲਾ, ਮਸਾਂ ਮਿਲਦੇ ਨੇ ਆਪਸ ਵਿੱਚ, ਉਹੀ ਤਾਂ ਗੱਲ ਹੈ। ਲੈ ਮੈਨੂੰ ਤਾਂ ਐਂਦੀ ਮਨਪ੍ਰੀਤ ਵੀ ਉਹਨੇ ਤੇਰਾ ਵਸਾ ਹੀ ਨਹੀਂ ਕਰਨਾ, ਲੈ ਉਹ ਤਾਂ ਤੇਰੇ ਲਵੀ ਨਹੀਂ ਆਉਂਦਾ, ਮੌਜ ਨਾਲ ਖੇਡਣ ਲੱਗ ਰਿਹਾ ਅੰਦਰ। ਨਾ ਨਾ ਬੇਬੇ ਮੇਰੀ ਪਰਵਾਹ ਨਹੀਂ ਕਰਦਾ, ਉਹ ਤਾਂ ਆਪਦੇ ਤਾਏ ਤਾਈ ਦਾ ਵੱਧ ਕਰਦਾ ਹੈ, ਉਹਨਾਂ ਕੋਲ ਹੀ ਜ਼ਿਆਦਾ ਰਹਿੰਦਾ ਹੈ, ਉਹਨਾਂ ਤੋਂ ਤਾਂ
ਹੋਰ ਮਨਪ੍ਰੀਤ ਰਾਜ ਦਾ ਆਉਂਦਾ ਹੁੰਦਾ ਫੋਨ? ਕਿਵੇਂ ਆ ਹੁਣ ਉਧਰ ਮਾਹੌਲ, ਕੁਛ ਪਿਆ ਠੰਡਾ ਕਿ ਨਾ? ਨਾ ਬਾਈ ਕੋਈ ਠੰਡਾ ਨਹੀਂ ਪਿਆ, ਉਹ ਕਹਿੰਦਾ ਰੋਜ਼ ਦੀ ਰੋਜ਼ ਕੋਈ ਨਾ ਕੋਈ ਝਪਟ ਚੱਲਦੀ ਰਹਿੰਦੀ ਹੈ, ਚੀਨੀਆਂ ਨਾਲ ਰੋਜ਼ ਗੋਲੀ ਚੱਲਦੀ ਹੈ ਬਾਈ। ਅੱਛਾ, ਫਿਰ ਇਹ ਤਾਂ ਕੰਮ ਹੀ ਬਾਹਲਾ ਖਰਾਬ ਹੈ। ਹੋਰ ਬਾਈ ਮੈਨੂੰ ਤਾਂ ਆਪ ਟੈਨਸ਼ਨ ਲੱਗੀ ਰਹਿੰਦੀ ਹੈ, ਪਤਾ ਨਹੀਂ ਅੱਗ ਲਾਉਣਾ ਮਾਹੌਲ ਇਹ ਕਦੋਂ ਲੋਟ ਹੋਊਗਾ। ਉਹੀ ਤਾਂ ਗੱਲ ਹੈ, ਸਾਨੂੰ ਤਾਂ ਫਿਕਰ ਲੱਗਿਆ ਰਹਿੰਦਾ ਹੈ। ਮੈਂ ਤਾਂ ਕਈ ਦਿਨ ਹੋ ਗਏ ਇਹਦੇ ਨਾਲ ਗੱਲ ਕਰਕੇ ਹਟੀ ਸੀ ਵੀ ਆਪਣੇ ਰਾਜ ਦੀ ਤਾਂ ਵਿਚਾਰੇ ਦੀ ਦੇਖ ਲਾ ਬਾਰਡਰ 'ਤੇ ਡਿਊਟੀ ਲਾਤੀ ਜਮੀ। ਹੋਰ ਕਹਿੰਦੇ ਚੀਨੀ ਜਮਾਂ ਸਾਡੇ ਸਾਹਮਣੇ ਖੜੇ ਰਹਿੰਦੇ ਨੇ, ਕਈ ਵਾਰੀ ਤਾਂ ਸਾਡੇ ਕਨੀ ਦੇਖਦੇ ਦੇਖਦੇ ਲੜ ਪੈਂਦੇ ਨੇ। ਉਹ ਆਪਣੇ ਵਾਲਿਆਂ ਨੂੰ ਝਾਕਣੋਂ ਹਟਾਉਂਦੇ ਨੇ, ਇਹ ਝਾਕਣੋਂ ਹਟਦੇ ਨਹੀਂ, ਇੰਨੇ 'ਚ ਹੀ ਔਖੇ ਹੋ ਜਾਂਦੇ ਨੇ, ਬਸ ਐਂ ਲੜਾਈ ਵੱਧ ਜਾਂਦੀ ਹੈ। ਸਹੀ ਗੱਲ ਹੈ, ਫਿਰ ਆਪਣੇ ਨਾਲ ਕਿਹੜਾ ਘੱਟ ਨੇ ਕਿਸ ਤੋਂ, ਇਹ ਤਾਂ ਕਮੁੱਕੀ ਨਹੀਂ ਚੱਲਦੇ, ਬਾਕੀ ਪੰਜਾਬੀਆਂ ਤੈਨੂੰ ਪਤਾ ਹੀ ਹੈ ਇਹ ਲੜਨ ਨੂੰ ਤਿਆਰ ਹੀ ਰਹਿੰਦੇ ਨੇ। ਸਹੀ ਗੱਲ ਹੈ, ਚੀਨੀਆਂ ਜਾਂਦਾ ਤਾਂ ਜੈ ਵੱਡਿਆਂ ਦਾ ਦਿਮਾਗ ਹੀ ਖਰਾਬ ਹੈ ਥੋੜ੍ਹਾ ਜਿਹਾ, ਪਹਿਲਾਂ ਇੰਨੀ ਦੁਨੀਆ ਮਾਰਤੀ ਆ ਕਰੋਨਾ ਜਾਂ ਚਲਾ ਕੇ ਜੈ ਵੱਡਾ। ਸਹੀ ਗੱਲ ਹੈ, ਜਾਣ ਕੇ ਪੰਗੇ ਲੈਂਦੇ ਨੇ ਇਹ ਆਪਣੇ ਦੇਸ਼ ਨਾਲ, ਪਹਿਲਾਂ ਮੈਂ ਤੇ ਸੁਖਪਾਲ ਵੀ ਇਹੀ ਗੱਲਾਂ ਕਰੀ ਜਾਂਦੀਆਂ ਤੇ ਇੱਕ ਦਿਨ ਮੈਂ ਤਾਂ ਕਹਿੰਦੀ ਇਹ ਸੱਚੇ ਪਾਤਸ਼ਾਹ ਤੂੰ ਹੀ ਇਹਨਾਂ ਦੇ ਮਨ 'ਚ ਵੱਸ, ਤੂੰ ਹੀ ਟਿਕਿਆਂਦ ਕਰ। ਹੋਰ ਉਹੀ ਤਾਂ ਗੱਲ ਹੈ, ਚੱਲ ਕੋਈ ਨਾ ਮਨਪ੍ਰੀਤ ਟਿਕ ਜਾਣਗੇ। ਆਹੋ, ਜੇ ਨਹੀਂ ਟਿਕਣਗੇ ਫਿਰ ਆਪਣੇ ਨਾਲ ਟਿਕਿਆ ਵੀ ਦੇਣਗੇ। ਚੱਲ ਫਿਰ ਹੁਣ ਤਾਂ ਬਣਾ ਲਾ ਮਨਪ੍ਰੀਤ ਰੋਟੀ। ਹਾਂ ਬਣਾ ਲਾ, ਚੱਲ ਹੁਣ ਭੈਣੇ। ਹੋਰ ਚੱਲ ਬਣਾ ਲੈਣੇ, ਨਾਲ ਤੁਸੀਂ ਖਾ ਲਓਗੇ ਇੱਕ ਅੱਧੀ। ਆਹੋ ਚੱਲ ਇੱਕ ਅੱਧੀ ਖਾ ਲੂੰਗਾ, ਹੁਣ ਤਾਂ ਹਜੇ ਤੜਕੇ ਖਾ ਕੇ ਹਟਿਆ। ਚੱਲ ਤੜਕੀ ਵਾਲੀ ਕਿਹੜਾ ਪਈਏ ਪੁੱਤਾਂ, ਖਾ ਲਈ ਥੋੜ੍ਹੀ ਰੋਟੀ। ਚੱਲ ਸਾਰੀ ਖਾ ਲੈਣਗੇ ਬੇਬੇ, ਬਣਾ ਲਾ। ਚੱਲ ਤੂੰ ਕਿਵੇਂ ਖੜੀ ਆ ਉਰੇ? ਮੇਰੇ ਤਾਂ ਘਰੇ ਵੜਨ ਨੂੰ ਜੀ ਜਾਂ ਨਹੀਂ ਕਰਦਾ, ਜਾਂਦਾ ਜਵਾਕ ਕੇ ਆਇਆ ਜੇ, 2 ਘੰਟੇ ਹੋਏ ਨੇ ਲੈ ਗਏ ਨੂੰ, ਮਨ ਜੀ ਛਿੜੀ ਜਾਂਦਾ ਜਣੋ ਦੀ। ਹੋਰ ਮੇਰਾ ਤਾਂ ਆਪ ਜੀ ਜਾਂ ਨਹੀਂ ਲੱਗਿਆ, ਮੈਂ ਤਾਂ ਉੱਥੇ ਬਹਿ ਗਿਆ ਫੱਟੇ ਤੇ ਜਾ ਕੇ। ਘਰ ਵੜ ਖਾਂਦਾ ਹੈਗਾ ਅੰਦਰ ਵੜਦੀ ਨੂੰ ਤਾਂ। ਹੋਰ ਉੱਥੇ ਪੁੱਛਣ ਲੱਗ ਗਏ ਸਾਰੇ, ਕਹਿੰਦੇ ਹੁੰਦੇ ਨੇ ਇੱਕ ਮੁੰਡੇ ਨੂੰ ਇੰਡਿਆ ਆ। ਹੋਰ ਜਿਵੇਂ ਕਹਿੰਦੇ ਹੁੰਦੇ ਨੇ ਇੱਕ ਨਿਆਣਾ 100 ਸਿਆਣਾ, ਜੀ ਜਾਂ ਲਵਾਈ ਰੱਖਦਾ ਤੀਗਾ। ਹੋਰ ਮੈਂ ਤਾਂ ਆਪ ਉੱਥੇ ਵਗ ਗਿਆ ਤਾਂ ਰਲ ਕੇ ਜੇ, ਅੰਦਰ ਵੜਨ ਨੂੰ ਜੀ ਨਹੀਂ ਕਰਦਾ ਹੈਗਾ, ਕੋਈ ਕੰਮ ਨੂੰ ਹੱਥ ਲਾਉਣ ਨੂੰ ਜੀ ਨਹੀਂ ਕਰਦਾ ਹੈਗਾ। ਚੱਲ ਆ ਜੂਗਾ, ਕੀ ਕਹਿੰਦੀ ਕਿੱਦਾਂ ਆ ਜਾਂਗੇ? 4-5 ਦਿਨ ਕਹਿੰਦੀ ਲਾ ਕੇ ਆਉਂਗੀ। ਅੱਛਾ, 4-5 ਦਿਨ ਦਾ 4-5 ਮਹੀਨੇ ਵਰਗੇ ਲੰਘਣਗੇ ਆਪਣੇ ਤਾਂ। ਮੈਂ ਸਾਰਾ ਦਿਨ ਆਪਣੇ ਕੋਲ ਰਹਿੰਦਾ ਤੀ ਨਾ। ਹੋਰ ਹੋਰ ਮੋਈ ਆਪਣਾ ਕਰਦਾ ਤੀ, ਤਾਂ ਹੀ ਲਗਨ ਵੇਲੇ ਜੇ ਹੋ ਗਏ। ਹੋਰ ਵੇਲੇ ਜੇ ਹੋ ਗਏ। ਯਾ ਪਰ ਮਿਲੇ ਆਵਾਂਗੇ ਵਿੱਚ ਦੀ ਜਾ ਕੇ। ਹੈ ਮਿਲੇ ਆਵਾਂਗੇ ਵਿੱਚ? ਹਾਂ ਜੇ ਵੱਧ ਦਿਨ ਲਾਤੇ ਪੁੱਛ ਲਾਂਗੇ, ਮਿਲੇ ਆਵਾਂਗੇ ਜਾ ਕੇ, ਪੁੱਛ ਲਾਂਗੇ ਜਵਾਕ ਵੀ ਨਾ ਜੱਬੀ। 2 ਦਿਨ ਡੀਕ ਲੈ ਫੇਰ ਪੁੱਛ ਲਾਂਗੇ, ਐਂ ਕਰ ਲਾਂ। 4-5 ਦਿਨ ਉਹ ਤਾਂ ਕਿੱਥੋਂ ਰਹਿਣਗੇ ਉਹਦੇ ਭੈਣ ਹੋਰੇ, ਤਾਂ ਉਹ ਤਾਂ ਮੁੜਦੇ ਹੋਣਗੇ। ਹਾਂ ਉਹ ਤਾਂ ਮੁੜਨਗੇ, ਕੀ ਪਤਾ ਉਹਨਾਂ ਨਾਲ ਆ ਜੇ ਜਾਂ ਫਿਰ ਕੀ ਪਤਾ ਇੰਨੇ ਦਿਨ ਤਾਂ ਉਹ ਨਾਲ ਵੀ ਆ ਸਕਦੀ ਆ ਉਹਨਾਂ ਦੇ। ਹਾਂ ਵੀ ਬਸ ਉਹ ਸੱਚ ਔਖੀ ਹੋਊਗੀ, ਨਾਲ ਵੀ ਆ ਸਕਦੀ ਆ। ਇਹ ਤਾਂ ਕਹਿੰਦਾ ਇੰਨਾ ਟਾਈਮ ਥੋੜੀ ਲਾਉਂਦਾ ਅਗਲਾ। ਚੱਲ ਨਾਲ ਆ ਜੇ ਵਧੀਆ ਸੋਕਾ, ਹੈ ਹੋਰ ਨਾਲ ਆ ਜੇ ਵਧੀਆ। ਹੂੰ ਜੇ ਫੋਨ ਕਰ ਦਾਂਗੇ, ਸਾਡਾ ਜੀ ਨਹੀਂ ਲੱਗਦਾ ਹੈਗਾ ਲੈ। ਚੱਲ 2 ਦਿਨ ਤਾਂ ਕੱਢ ਫਿਰ ਦੇਖਾਂਗੇ। ਹੈ ਚੱਲ, ਮੈਂ ਤਾਂ ਗੋਹੇ ਦਾ ਵੱਠਣ ਭਰਿਆ ਤੀਗਾ, ਲੈ ਚੁਕਾਈ ਦੇ ਫਿਰ। ਚੁਕਾ ਦਾਂ ਜੀ ਨਹੀਂ ਕਰਦਾ ਤਾਂ ਭਰਦੀ ਵੱਠਣ ਬਾਰੇ ਵਗ ਗਈ। ਅੱਜ ਤਾਂ ਫਿਰ ਬੇਬੇ ਅਸੀਂ ਜਾਵਾਂਗੇ। ਹੋਰ ਭੈਣ ਮੈਂ ਤਾਂ ਆਪ ਜਾਊਂਗੀ। ਮੈਂ ਤਾਂ ਐਂ ਕਹਿੰਦੀ ਪੁੱਤ, ਜੇ 1 ਦਿਨ ਹੋਰ ਲਾ ਦਿੰਦੀਆਂ। ਨਾ ਬੇਬੇ, ਰਹਿ ਨਹੀਂ ਸਕਦੇ ਹੈਗੇ, ਫਿਰ ਆਪਦੇ ਘਰ ਦਾ ਵੀ 100 ਹਿਸਾਬ-ਕਿਤਾਬ ਦੇਖਣਾ ਪੈਂਦਾ। ਜਿੱਦੇ ਫਿਰ ਆਏ ਉਹਦੇ ਲਾ ਦਾਂਗੇ 1 ਅੱਧਾ ਦਿਨ। ਚੱਲ ਠੀਕ ਹੈ ਪੁੱਤ। ਫਿਰ ਤੂੰ ਮਨਪ੍ਰੀਤ ਕਿਵੇਂ ਕਰੇਂਗੀ, ਫਿਰ ਬੱਸ ਚੜੇਗੀ? ਹੋਰ ਭੈਣੇ ਬੱਸ ਹੀ ਚੜੂੰਗੀ, ਹੋਰ ਕਿਹੜਾ, ਮੈਂ ਰੇਲ ਗੱਡੀ ਲੈ ਕੇ ਆਈ ਹਾਂ। ਅਸਲ 'ਚ ਨਾ ਮੇਰੇ ਦਿਮਾਗ 'ਚ ਹੋਰ ਗੱਲ ਚੱਲੀ ਜਾਂਦੀ ਸੀ। ਮੈਂ ਇਹ ਸੋਚਦੀ ਸੀ ਮੈਂ ਇਹਨਾਂ ਨੂੰ ਪੁੱਛ ਲੈਂਦੀ ਹਾਂ, ਅਸੀਂ ਜਾਂਦੇ ਜਾਂਦੇ ਤੈਨੂੰ ਆਪ ਹੀ ਲਾ ਜਾਂਗੇ, ਨਾਲੇ ਤੇਰੇ ਸਹੁਰੇ ਕਿਹੜਾ ਬਾਹਲੀ ਦੂਰ ਨੇ ਇੱਥੋਂ, ਨੇੜੀ ਤਾਂ ਹੈਗਾ। ਦੇਖ ਲੈ ਭੈਣੇ, ਪੁੱਛ ਲਈ ਬਾਈ ਨੂੰ, ਉਹ ਮੈਨੂੰ ਕੋਈ ਚੱਕਰ ਵੀ ਨਹੀਂ, ਮੈਂ ਤਾਂ ਬੱਸ ਵੀ ਚੜ ਜੂ, ਤੁਸੀਂ ਨਾ ਔਖੇ ਹੋਇਓ। ਨਾ ਪੁੱਛ ਲੂੰਗੀ, ਚੱਲ ਮੈਂ ਦੇਖ ਲਾਂਗੇ, ਛੱਡ ਜਾਂਗੇ ਜਾਂਦੇ ਜਾਂਦੇ। ਮੈਂ ਕਿਹਾ ਚੱਲ ਜਾਂਦੇ ਜਾਂਦੇ ਅਸੀਂ ਛੱਡ ਜਾਂਗੇ, ਉੱਤੋਂ ਠੰਡ ਹੈਗੀ ਹੈ, ਕਿੱਥੇ ਮੈਂ ਬੱਸਾਂ 'ਚ ਤੁਰੀ ਫਿਰੂਗੀ ਵਿਚਾਰੀ। ਹਾਂ ਭੈਣੇ, ਚੱਲ ਆ ਤਾਂ ਤੁਸੀਂ ਵਧੀਆ ਕਰਿਆ, ਹੋਰ ਜਵਾਕ ਨਾ ਔਖੀ ਹੁੰਦੀ ਨਹੀਂ। ਉਹੀ ਤਾਂ ਗੱਲ, ਬੱਸਾਂ 'ਚ ਸੌਂ ਗਿਆ ਫਿਰ? ਹੈ ਹਾਂ ਸੌਂ ਗਿਆ ਭੈਣੇ। ਚੱਲ ਵਧੀਆ। ਹਾਂ ਹੋਰ ਬੇਬੇ ਠੀਕ ਤੀ? ਹਾਂ ਸਾਰੀ ਠੀਕ ਸੀ ਭੈਣੇ। ਚੱਲ ਵਧੀਆ ਭੈਣੇ, ਠੀਕ ਦੀ ਪਾ ਹੈਗਾ। ਜੀ ਜੀ ਵਧੀਆ ਲਾ ਰਹੇ ਤੀ? ਹਾਂ ਵਧੀਆ ਲਾ ਰਹੇ ਸੀ, ਆਪਣੇ ਗਵਾਂਢ 'ਚ ਮੁੰਡਾ ਉਹਦੇ ਹਾਣ ਦਾ, ਉਹਦੇ ਨਾਲ ਵਧੀਆ ਖੇਡੀ। ਅੱਛਾ, ਉਹ ਚਾਚੇ ਦਾ ਪੋਤਾ।
ਠੀਕ ਹੈ ਜਾਨ ਸਾਰੀ ਲੱਗ ਗਿਆ ਤੇ ਤਾਂ ਉਹਦੀ ਆ ਗਿਆ ਸੀ ਉਹਦੇ ਕੋਲੇ ਅੱਛਾ ਕਹਿੰਦੀ ਸੀ ਵਿਚਾਰੀ ਬੇਬੇ ਨਾ ਕਹਿੰਦੀ ਇੱਕ ਦਿਨ ਹੋਰ ਰਹੋ ਮਾਂ ਫਿਰ ਬੇਬੇ ਉੱਥੇ ਦਾ ਵੀ ਦੇਖਣਾ ਪੈਂਦਾ ਹੈ ਨਾ ਮਾਂ ਫੇਰ ਆਵਾਂਗੇ ਚਲ ਫੇਰ ਲਾ ਜਾਂਗੇ ਹਾਂ ਚਲ ਫੇਰ ਵਗ ਜੇ ਬਣੇ ਹੋਰ ਪਣੇ ਮਾਸਰ ਮਾਚੇ ਠੀਕ ਤੇ ਇਧਰ ਸੋਡੇ ਕਨੀ ਹਾਂ ਠੀਕ ਨੇ ਪਣੇ ਵਧੀਆ ਚਲ ਵਧੀਆ ਪਣੇ ਠੀਕ ਦੀ ਪਾਏ ਇੱਕ ਤਾਂ ਠੰਡ ਹਰੀ ਵਾਲੀ ਹੈ ਨਾ ਠੰਡ ਹੈਗੀ ਹੋਰ ਹਾਂ ਲੈ ਚਲੀਏ ਬੰਮੀ ਹੋਰ ਵਗ ਚੱਲਦੇ ਨਾ ਬਾਈ ਜਾਣ ਦੀ ਕਿਹੜੀ ਗੱਲ ਕਰਦੇ ਹੋ ਮੈਂ ਚਾਹ ਬਣਾ ਕੇ ਲਿਉਣੀ ਆ ਬੈਠੇ ਤੁਸੀਂ ਚਾਹ ਬਣਾ ਲੈ ਚਾਹ ਪੀ ਨਾ ਨਾ ਚਾਹ ਤਾਂ ਪੀ ਕੇ ਜਾਵੇ ਬਾਈ ਨਾ 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 ਹੋ ਕੁੜ ਕੁੜ ਹੁਣ ਬਣ ਜੂਗੀ ਲੈ ਹੁਣ ਚਾਹ ਬਿਨਾ ਥੋੜੀ ਜਾਣ ਦੇਵਾਂਗੇ ਸਾਨੂੰ ਆ ਹੁਣ ਹੀ ਪੀ ਕੇ ਆਈ ਸੀ ਚਾਹ ਕੋਈ ਨਾ ਕੋਈ ਨਾ ਕੋਈ ਨਾ ਠੰਡ ਹੈ ਜਾਣਾ ਕਿੱਥੇ ਮੈਂ ਤਾਂ ਕਹਿੰਦਾ ਰਹੋ ਤੁਸੀਂ ਸਾਡੇ ਕੋਲੇ ਲਾਓ ਅੱਜ ਦਾ ਦਿਨ ਨਾ ਨਾ ਬਾਈ ਫੇਰ ਮਾਰਾਂਗੇ ਢੇੜਾ ਕੋਈ ਨਾ ਇਹ ਦਿਨ ਜੇ ਖੁੱਲੇ ਜਾਂਦੇ ਰਿਹਾ ਤਾਂ ਕਿੱਥੇ ਜਾਂਦਾ ਜੀ ਛੇਲ ਫੇਰ ਆ ਜਾਓ ਜਦੋਂ ਮਰਜ਼ੀ ਆ ਜਾਓ ਇਹ ਕਿਹਦਾ ਨੰਬਰ ਹੈ ਹੈਲੋ ਹਾਂਜੀ ਹਾਂਜੀ ਪੰਜਾਬ ਤੋਂ ਹਾਂਜੀ ਹਾਂ ਰਾਜੇ ਦਾ ਭਾਈ ਹਾਂ ਜੀ ਵੱਡਾ ਨਾ ਨਾ ਇਹ ਨਹੀਂ ਹੋ ਸਕਦਾ ਬਾਬਾ ਰਾਜੇ ਦੇ ਅਫਸਰ ਦਾ ਫੋਨ ਆਇਆ ਸੀ ਪਹੁੰਚ ਬਸ ਮੰਤਰੀ ਤੇ ਬਸ ਬਸ ਗਣੇ ਆਪਣਾ ਗਣ ਕੋ ਬਸ ਚੱਲਿਆ ਬਸ ਕਰ ਰੱਬ ਮੂਰੀ ਤੁਸ ਬਾਰੇ ਜ਼ੋਰ ਚੱਲਦਾ ਸੰਤ ਜੀ ਤੇਰਾ ਪਹਿਲੇ ਹੀ ਫਿਕਰ ਰਹਿੰਦਾ ਬਸ ਮੇਰੇ ਬੈਠ ਕੇ ਬਸ ਤੇ ਜਵਾਬ ਤੇ ਨਹੀਂ ਦੇਖ ਕੀ ਬਣੂਗਾ ਬਸ ਕਰ ਬਸ ਕਰ ਸੀਦੇ ਪੈ ਜਾ ਸੋਚਦੇ ਮੇਰੀ ਧੀ ਦਾ ਘਰ ਪਟ ਅਜੇ ਪਰਸੇ ਮੇਰੇ ਨਾਲ ਗੱਲ ਚੱਲ ਬਸ ਕਹਿੰਦੇ ਹੁਣ ਤਾਂ ਮੋਲ ਠੀਕ ਹੈ ਇੱਕ ਦੋ ਦਿਨ ਆ ਤਾਂ ਇਹ ਕੀ ਪਤਾ ਕਿ ਮੋਲ ਆ ਖਬਰ ਲੈ ਕੇ ਆ ਬਸ ਕਰ ਬਸ ਕਰ ਬਸ ਕਰ ਬਸ ਕਰ ਕਰ ਚੁੱਪ ਕਰ ਚੁੱਪ ਕਰ ਚੁੱਪ ਕਰ ਬਾਈ ਗਏ ਰੇ ਜੱਸਾ ਤੇ ਪਿੰਡਾ ਗਏ ਰੇ ਦੋ ਚਾਰ ਬੰਦੇ ਹੋਰ ਗਏ ਰੇ ਪਿੰਡ ਚ ਬਸ ਕਰ ਬਸ ਕਰ ਹੁਣ ਫਿਰ ਬੇਬੇ ਕਿਵੇਂ ਕਰੀਏ ਆਪਾਂ ਭੋਗ ਵੀ ਪੈ ਗਿਆ ਸਾਰਾ ਕੁਝ ਹੋ ਗਿਆ ਹੁਣ ਆਪਣੀ ਮਨਪ੍ਰੀਤ ਦੀ ਉਮਰ ਵੀ ਕਿਹੜੀ ਹੈ ਹੁਣ ਉੱਥੇ ਤਾਂ ਨਹੀਂ ਆਪਾਂ ਸਾਰੀ ਉਮਰ ਛੱਡ ਸਕਦੇ ਆਏ ਉਹਨੂੰ ਆਈ ਤਾਂ ਮੈਂ ਸੋਚਦੀ ਸੀ ਪੁੱਤ ਮੈਂ ਕਿਹਾ ਫਿਰ ਲਈ ਆਉਨੇ ਆ ਉਰੇ ਹੋਰ ਬੇਬੇ ਫਿਰ ਹੁਣ ਲਿਆਉਣਾ ਤਾਂ ਪਊਗਾ ਹੀ ਹੁਣ ਸਾਰੀ ਜ਼ਿੰਦਗੀ ਉੱਥੇ ਕੱਢਣੀ ਕਿਹੜਾ ਸੌਖੀ ਹੈ ਜਦੋਂ ਹੁਣ ਬੰਦੇ ਹੀ ਨਹੀਂ ਰਿਹਾ ਬੰਦੇ ਦੇ ਸਿਰ ਤੇ ਹੁੰਦੀ ਹੈ ਜਨਾਨੀ ਹੋਰ ਪੁੱਤ ਐ ਤਾਂ ਸਹੁਰੇ ਰਹਿਣਾ ਵੀ ਬਹੁਤ ਔਖਾ ਹੈ ਹੋਰ ਹੋਰ ਉਹੀ ਤਾਂ ਗੱਲ ਹੈ ਬੇਬੇ ਨਾਲੇ ਉਮਰ ਵੀ ਕਿਹੜੀ ਆ ਉਹਦੀ ਕੋਈ ਦੇਖ ਕੇ ਮੰਦਾ ਚੰਗਾ ਥਿਆ ਜੂਗਾ ਬਥੇਰਾ ਤੋਰ ਦਾਂਗੇ ਕਿਤੇ ਹੋਰ ਤੋਰ ਦਾਂਗੇ ਹੂਲਾ ਪੱਕ ਲਾਂਗੇ ਕੋਈ ਹਾਂ ਸਹੀ ਗੱਲ ਹੈ ਕਈ ਵਾਰ ਬੰਦੇ ਨੂੰ ਜਵਾਕ ਦਾ ਹੁੰਦਾ ਹੈ ਜਵਾਕ ਚਲ ਉਰੇ ਬੇਬੇ ਰੱਖ ਲੂਗੀ ਹੁਣ ਹਾਲਾਤਾਂ ਦੇ ਹਿਸਾਬ ਨਾਲ ਸਮਝੌਤਾ ਤਾਂ ਕਰਨਾ ਹੀ ਪੈਣਾ ਹੈ ਬਾਕੀ ਇਹ ਨਹੀਂ ਪਤਾ ਬੇਬੇ ਅੱਗੇ ਪਰਿਵਾਰ ਕੋਈ ਵਧੀਆ ਮਿਲ ਜੇ ਅਗਲਾ ਜਵਾਕ ਨੂੰ ਵੀ ਸਵੀਕਾਰ ਕਰ ਲੇ ਕੋਈ ਦਹਾਜੂ ਮਿਲ ਜੇ ਬੰਦਾ ਚੰਗਾ ਹੋਵੇ ਹਾਂ ਇਹ ਤਾਂ ਗੱਲ ਸਹੀ ਹੈ ਤੁਹਾਡੀ ਪਰ ਇਹ ਤਾਂ ਬਾਅਦ ਦੀ ਗੱਲ ਹੈ ਨਾ ਕੋਈ ਨਾ ਮਿਲ ਜੂਗਾ ਦੇਖ ਲਾਂਗੇ ਕੋਈ ਪਰ ਕੇਰਾਂ ਤਾਂ ਆਪਾਂ ਮਨਪ੍ਰੀਤ ਨੂੰ ਲੈ ਆਈਏ ਉਰੇ ਹਾਂ ਪੁੱਤ ਫਿਰ ਕੋਈ ਗੱਲ ਨਹੀਂ ਲੈ ਆਵਾਂਗੇ ਆਪਾਂ ਦੇਖ ਲਓ ਜਿੱਦੇ ਤੁਹਾਡਾ ਟਾਈਮ ਹੋਇਆ ਪੁੱਤ ਮੈਨੂੰ ਤਾਂ ਉਰੋ ਚੜਾ ਕੇ ਲੈ ਜਿਓ ਕੋਈ ਨਾ ਬੇਬੇ ਟਾਈਮ ਵਾਲੀ ਕੀ ਗੱਲ ਹੈਗੀ ਇਹ ਵੀ ਕੰਮ ਜ਼ਰੂਰੀ ਹੈਗਾ ਟਾਈਮ ਜੇ ਕੋਈ ਕੰਮ ਹੋਇਆ ਤਾਂ ਵੀ ਛੱਡ ਦਾਂਗੇ ਕੰਮ ਵੀ ਇਹ ਤਾਂ ਕੰਮ ਜ਼ਰੂਰੀ ਹੈ ਆਪਣਾ ਲੈ ਕੇ ਆਉਣਾ ਤੁਹਾਨੂੰ ਚੱਲ ਠੀਕ ਹੈ ਪੁੱਤ ਫਿਰ ਹੋਰ ਦੇਖਦਾ ਮੈਂ ਪਰਸੋਂ ਤੱਕ ਰੱਖ ਲੈਂਦੇ ਹਾਂ ਪਰਸੋਂ ਨੂੰ ਵਗ ਚੱਲਾਂਗੇ ਹਾਂ ਠੀਕ ਹੈ ਫਿਰ ਪਰਸੋਂ ਦਾ ਰੱਖ ਲਓ ਹਾਂ ਪਰਸੋਂ ਠੀਕ ਰਹੂਗਾ ਜਾਣਾ ਤਾਂ ਪਊਗਾ ਫਿਰ ਲਿਆਉਣਾ ਤਾਂ ਪਊਗੀ ਜਵਾਕੜੀ ਮੈਂ ਤਾਂ ਤੁਹਾਡੇ ਨਾਲ ਗੱਲ ਕਰਨੀ ਸੀ ਹਾਂ ਹਾਂ ਆਹੀ ਚਾਚੀ ਹੋਰੀ ਬੂਹਾ ਹੋਰੀ ਸਲਾਹ ਕਰਦੀ ਹੈ ਜਿਹੜੀ ਉਹ ਗੱਲ ਠੀਕ ਨਹੀਂ ਹੈਗੀ ਅੱਛਾ ਵੀ ਮਨਪ੍ਰੀਤ ਨੂੰ ਭਿੰਦੇ ਦੇ ਲੜ ਲਾ ਦੀਏ ਹਾਂ ਮੇਰਾ ਤਾਂ ਆਪ ਮਨ ਇਹੀ ਕਹਿੰਦਾ ਵੀ ਕੁਛ ਤਾਂ ਮਨਪ੍ਰੀਤ ਦੇ ਬਾਰੇ 'ਚ ਆਪਾਂ ਨੂੰ ਸੋਚਣੀ ਪਊਗਾ ਨਹੀਂ ਤਾਂ ਉਹਦੇ ਘਰ ਆਏ ਲੈ ਜਾਣਗੇ ਇਹਨੂੰ ਹੋਰ ਵੀ ਆਸੇ ਪਾਸੇ ਤੋਂ ਸੋਚ ਕੇ ਦੇਖੋ ਤੁਸੀਂ ਜਿਹੜੀ ਬਿਪਤਾ ਆਪਣੇ ਦੇ ਪਰਮਾਤਮਾ ਨੇ ਪਾਤੀ ਇਹਦਾ ਮੁਕਾਬਲਾ ਕਰਨ ਦਾ ਇਹੀ ਢੰਗ ਹੈ ਹੋਰ ਤਾਂ ਕੋਈ ਦਿੰਦਾ ਨਹੀਂ ਉਹ ਤਾਂ ਤੇਰੀ ਗੱਲ ਠੀਕ ਹੈ ਸੁਪਾਲ ਇਹਦੇ ਵਾਸਤੇ ਫਿਰ ਭਿੰਦੇ ਨੂੰ ਵੀ ਪੁੱਛਣਾ ਪਊਗਾ ਮਨਪ੍ਰੀਤ ਨੂੰ ਵੀ ਪੁੱਛਣਾ ਪਊਗਾ ਪੁੱਛਣਾ ਤਾਂ ਪਊਗਾ ਸਾਰਿਆਂ ਨੂੰ ਪਹਿਲਾਂ ਤਾਂ ਆਪਣੇ ਭਿੰਦੇ ਦਾ ਮੰਨਣਾ ਜ਼ਰੂਰੀ ਹੈ ਚੱਲ ਜੇ ਭਿੰਦਾ ਆਪਣਾ ਮੰਨ ਜੇ ਫਿਰ ਆਪਾਂ ਮਨਪ੍ਰੀਤ 'ਤੇ ਵੀ ਜ਼ੋਰ ਪਾਈਏ ਹਾਂ ਇਹ ਤਾਂ ਤੇਰੀ ਗੱਲ ਸਹੀ ਹੈ ਯਾਰ ਸਲਾਹ ਤਾਂ ਮੈਨੂੰ ਵੀ ਠੀਕ ਲੱਗੀ ਤੀ ਭੂਆ ਅਤੇ ਚਾਚੀ ਦੀ ਪਰ ਮੈਂ ਐਂ ਦਚਿੱਤੀ 'ਚ ਸੀਗਾ ਯਾਰ ਕਿ ਇਹਨਾਂ ਨੂੰ ਮਨਾਉਣਾ ਪਊਗਾ ਦੋਨਾਂ ਨੂੰ ਹੀ ਮਨਾਉਣਾ ਤਾਂ ਹੁਣ ਪਊਗੀ ਮੈਨੂੰ ਵੀ ਐਂ ਇਹਨਾਂ ਦਾ ਜਵਾਕ ਆਪਣੇ ਘਰ ਰਹਿ ਜੂਗਾ ਨਾਲੇ ਚਾਰ ਆਪਣਾ ਘਰ ਉੱਡੇ ਕੁੱਡੇ ਰਹਿ ਜੂਗਾ ਉਹੀ ਮੋਹ ਪਿਆਰ ਤੁਰਿਆ ਆਊਗਾ ਚੱਲ ਫਿਰ ਆਪਾਂ ਭਿੰਦੇ ਨਾਲ ਗੱਲ ਕਰਕੇ ਦੇਖ ਲੈਂਦੇ ਪਹਿਲਾਂ ਹਾਂ ਭਿੰਦੇ ਨੂੰ ਗੱਲ ਤਾਂ ਆਪਣੀ ਕਰਨੀ ਪਊਗੀ ਹੈ ਨਾ ਹਾਂ ਕਰਨੀ ਪਊਗੀ ਕਰ ਲੈਂਦੇ ਉਹਦੇ ਨਾਲ ਤਾਂ ਫਿਰ ਗੱਲ ਮੰਨ ਲੂਗਾ ਭਿੰਦਾ ਤਾਂ ਆਪਣੀ ਚੱਲ ਦੇਖਦੇ ਹਾਂ ਗੱਲ ਕਰਕੇ
अज ही कर लैने फिर। हाँ पिंदे यार असी तो तेरे एक गल करनी थी। केड़ी भाई? असी तो तेन ए कहें थी यार देख भी अपना भरा तो हूँ रहा नहीं है, मनप्रीत न अगले ले जाएंगे, अपना तो घर पट्टिया जाऊ यार, उजड़ जू अपने घर, नाले नूर अपने को वग जू। अभी तो सारे रिश्तेदार यही सलाह करते थे भी मनप्रीत न तेरे बहा दीए। ये कह गल करिए ना भाई यार तू, मैं तो कहीं सुपने भी नहीं सोची ये गल। वो सुपने च किसी ने भी नहीं सोची, जो हूँ अपने तो कह रही यह जहा ढह गया है, हालात ही यह जे बन गए, हूँ अपन सोचने तो मजबूर होना पै रहा पेंदे। सही गल है थोड़ी, देख पेंदे मेरी गल सुन भाई, तेरे सामने राजा अपना किन्ना प्यार करता ती नूर नू, वो तो हूँ बेचारा रहा नहीं। देख भाई जे मनप्रीत देख पेके मनप्रीत नू ले गए, अपने नूर नू भी नाल ही ले जाएंगे। हूँ मुटियार ती नू भाई बैठा कौन है घरे, देख दूजे था हौला उन्होंने फकना पेगा बेचारे है, फिर अपन अखा हो जाए भाई अपनी घर की घर च गल रही है। मन ला उन्होंने मनप्रीत का कितने होर तौर पर ही करता, अपने नूर नू तो सारी उम्र प्यो का प्यार नहीं मिलना, मतलब आ तो तेन फिर पति है। सही गल है, जे उन्होंने आप उरे रखते हैं आप तो उन्होंने किसी गल की कमी नहीं आने देवे, ना मैं आन देव ना तू आन देवे है, अपने भाई का पुत है, आप क्यों ना सोचा ये बारे। गल तो तेरी सही है भाई, भाई पिंदे अपने घर के हालात ही यही जे बन गए भाई, बहुत माड़े दिन आ गए अपने, तेनू आपके अरमाना मार के भाई ये काम करना ही पेगा। कोई गल नहीं भाभी, मैं तैयार हाँ जे मेरी किस्मत च यही लिखे, पर मैं आपके भाई के परिवार को रोलने नहीं दिता। शाबाशे तेरे भाई, शाबाशे तू रखती साड़ी। फिर सो पहले आप मनप्रीत रहा भी करिए गल। हाँ तो करनी है। पैगी मनप्रीत? ना वही पै गई सी भेने। नूर किधर गया भेने? नूर नू भेने पिंदा लै गया दुकान ते। अच्छा हाँ चीजी जी मंगता ती, मैं चल दवा ले दुकान तो। अच्छा हाँ हाँ मनप्रीत भेने अज तो तेरे ना एक गल करनी थी। केड़ी भेने? देख भेने मनप्रीत जेड़ा कुछ होना ती तो हो गया, वह तो अपनी कोई बात नहीं चलती, हुण राजे नूं तां वापस कोई लिया नहीं सकते है, अज तो यही सलाह करी है सारे रिश्तेदारां ने भी जे तैनूं पिंदे लड़ ला दीए। ये कही जी गल्लां करी जांदी है भैणे तू, ये नहीं कदे हो सकता। हो क्यों नहीं सकता भैणे, सारी दुनिया ही करती है कम, ये कहड़ा कोई उपरा होण लगे, जदों कोई बंदे कोल चार ही ना होवे होर, जदों मुसीबत पाती रब ने ये कम तो आपां करना ही पऊगा भैणे, कुछ ना कुछ तो भैणे सोचना पऊगा आपां नूं, जे तो रब ने मुसीबत ही अपने एड्डी पाती जो हालात ही अपने यही जे बन गए। सही गल है, परमात्मा ने दुखों का पहाड़ ही एडा सिड़ता मनप्रीत, हूँ कुछ ना कुछ तो आपां नूं करना ही पऊगा, अपने कोले होर कोई चारा है नहीं, आही एक राह है मनप्रीत जिदे नाल सारयां दे जख्म ते मलम लग सकदी है। ना भाई मैनू मजबूर ना करो, ये काम कदे नहीं हो सकता, मैं ये काम नहीं कर सकती भाई। अच्छा फिर तू की कहनी है मनप्रीत, तू की सोचती है? मैं तो कुछ नहीं सोचती भैने, मैं तो यही कहनी है भी मैं तो इसे घर चाह जिंदगी कट लूँ, आपदी आपदे जवाक नू पाल लूँगी औखी सौखी। एवं न्याण इं गल नहीं करते होंगे मनप्रीत, ये किमें हो जू दस, तेरी उम्र अजे है ही नहीं भैने, तेनू आपकी जिंदगी का गाह कुछ सोचना पेगा, तेरे घर दे भी यही गल सोचते हो गए, तू साढ़े आखे लग जा भैने, ये काम कर लै तू। ना ना भैने मैं ये काम नहीं कर सकती, तुम मैनू मजबूर ना करो। तू कुमार करी जानी मनप्रीत, सारी दुनिया ये काम करती है, अस तेन यही जहाँ की कहता, अस तो तेरी जिंदगी बारे सोचते हैं भैने, नाले जवाक की जिंदगी बारे सोचते हैं। तुसी तो मेरी जिंदगी बारे सोचते हो भैने, मैं वो पिंदे की जिंदगी क्यों बर्बाद करा, मैं नहीं भैने ये काम कर सकती। मेरी गल सुन लै मनप्रीत, जे तू आपकी भैन समझदी है ना मैनू, तेनू ये गल मेरी मननी पेगी, असी पिंदे तो ही पूछ लिया, वो भी तैयार है। की कह है पिंदा तैयार है? हाँ मनप्रीत असी पहला पिंदे तो पूछे भैने, फिर ही असी तेरे नाल गल करन लगे हां। समा पिंदा तां कहिंदा मैं आपदे भाई दा परिवार रोल नहीं दिंदा, हुण तू मेरी भैण बन के साडे आखे लग जा, ऐ नहीं करी ना हुंदा। सोचदी की है मनप्रीत,
साढ़े आखे लग जा भैन बन के, असी तेरा कोई माड़ा नहीं सोचते। एक बारी साढ़े पिछे लग जा, सब कुछ ठीक हो जाएगा भैन मेरी, समा सारे जख्म भर दूगा। सही गल है, मनप्रीत आखे लग जा भैने। ਮੈਨੂੰ ਇੱਥੇ ਰੋਈ ਵਾਲਾ ਜਾਂਦਾ ਫੜਕਿਆ ਜਿਹਾ ਹੋ ਰਿਹਾ ਨਾ, ਜਿਵੇਂ ਬੁਖਾਰ ਚੜ ਲਿਆ ਹੁੰਦਾ। ਦੇਖੋ ਆਪਾਂ ਖਾਈ ਜੇ ਪਿਆ, ਕੀ ਹੋ ਰਿਹਾ ਇਹਨੂੰ? ਕੀ ਹੋ ਗਿਆ ਇਹਨੂੰ? ਐਂ ਕਰੋ ਤਾਰੇ ਡਾਕਟਰ ਦੇ ਲੈ ਕੇ ਜਾਓ, ਦਿਖਾ ਕੇ ਲਿਆਓ, ਜਾਂ ਲੱਗਦਾ ਜਿਵੇਂ ਬੁਖਾਰ ਚੜਿਆ ਹੁੰਦਾ। ਅੱਛਾ ਹਾਂ, ਆਹ ਦੇਖ ਰੋਈ ਜਾਂਦਾ ਨਾ, ਇੱਥੇ ਤੱਪੀ ਜਾਂਦਾ ਜਿਵੇਂ। ਹੋਰ ਥੋੜ੍ਹਾ ਹੀ ਲੱਗਦਾ ਗਰਮ। ਹਾਂ ਲੈ ਕੇ ਜਾਓ, ਲੈ ਜਾਂਦੇ ਆ ਜਾਓ। ਹੋਰ ਹੋਰ ਉਹ ਪੜੇ ਬਾਲੀ ਰੀ ਰੀ ਕਰੀ ਜਾਂਦਾ ਨਾ, ਦਿਮਾਗ ਕੋਲ ਜਾਂਦਾ ਨਹੀਂ ਇਹ। ਹੋਰ ਜੇ ਕਰਦਾ ਨਹੀਂ ਇਹ ਤਾਂ, ਇਹ ਅਸੀਂ ਤਾਂ ਕਹਿੰਦੇ ਆ। ਹਾਂ ਐ ਕਰੋ, ਤੁਰਕੀ ਵਗ ਜੇ ਤੁਸੀਂ ਮੋਟਰਸਾਈਕਲ ਤੇ ਹਵਾ ਲੱਗ ਜੂਗੀ ਇਹਨੂੰ ਨਾ। ਮੋਟਰਸਾਈਕਲ ਨਿਕਲ ਜਾਂਦਾ? ਹਾਂ ਤੁਰਕੀ ਵਗ ਜੋ ਨਾ ਨਾ। ਅੱਜੀ ਰੋਇਆ ਨਾ, ਨਣ ਚੀਜੀ ਦਵਾ ਲਈ। ਚੱਪ ਤੇ ਤਾਂ ਚੀਜੀ ਦਵਾ ਕੇ ਰੋਗ ਤੇ, ਠੀਕ ਹੈ? ਚੀਜੀ ਦਵਾ ਕੇ ਰੋਗ ਫੱਟੇ ਤੇ ਨਾਲ ਤੈਨੂੰ ਡਿੱਕੀ ਜਾਂਦੇ ਨੇ ਬਾਬੇ। ਉਹ ਮੋਬਾਈਲ ਤੇ ਵੀ ਖੇਡ ਲਾਇਆ, ਉਹ ਤੇ ਵੀ ਲੱਗਿਆ, ਇਦਾਂ ਲੱਗਦੀ ਨਹੀਂ, ਖੇਡ ਹੀ ਨਹੀਂ ਲੱਗਦਾ ਹੈਗਾ ਜਮੀ ਵੀ। ਬਾਬੇ ਡਿੱਕੀ ਜਾਂਦੇ ਨੇ ਸਾਰੇ। ਹਾਂ ਐ ਕਹਿੰਦਾ ਮੰਮੀ ਕੋਲ ਜਾਊਂਗਾ। ਹਾਂ ਮੇਰੇ ਕੋਈ ਨਹੀਂ ਆਉਂਦਾ ਹੁਣ। ਅੱਛਾ ਜਾ ਫਿਰ ਲਾ ਦਵਾ ਲਿਓ ਦਵਾਈ। ਤੇਰੇ ਕੋਲੇ ਵੀ ਨਹੀਂ ਹੁੰਦਾ? ਦੁਕਾਨ ਡਾਕਟਰ ਬੰਦ ਕਰਕੇ ਨਾ ਵਗ ਜੇ ਘਰੇ। ਨਾ ਨਾ ਜਾਣਾ ਮੈਂ। ਹਾਂ ਵਗ ਜੋ, ਇਹ ਚ ਤਾਂ ਨਹੀਂ ਦਾ ਕੋਈ, ਨਾ ਇਹ ਚ ਤਾਂ ਹੈ ਨਹੀਂ ਰਿਹਾ, ਨਹੀਂ ਖਵਾਤੇ। ਅੱਛਾ ਚਲ ਠੀਕ ਹੈ ਫਿਰ, ਦਵਾ ਲਿਓ। ਚੱਲੀਏ ਆਪਾਂ ਦਵਾਈ ਲੈ ਕੇ ਆਈਏ। ਆ ਜੋ ਵੀ ਚਲ ਮੈਂ ਸਾਨੂੰ ਮਿੱਠੀ ਦਾਈ ਲੈ ਕੇ ਆਵਾਂਗੇ, ਮਿੱਠੀ ਦਾਈ। ਚੰਗਾ, ਉਹ ਤਾਂ ਆਪੇ ਖੁੱਲ ਰਹੀ ਹੈ। ਲੈ ਅਸ ਤਾਂ ਭੈਣੇ ਮਨਪ੍ਰੀਤ ਨੂੰ ਲੈਣ ਆਏ ਆ। ਹੁਣ ਤੁਹਾਨੂੰ ਪਤਾ ਹੀ ਹੈ, ਪਰਮਾਤਮਾ ਨੇ ਕਹਿ ਰਹੀ ਐਡਾ ਢਾਤਾ ਆਪਣੇ ਤੇ, ਜਿਹਦੇ ਬਾਰੇ ਆਪਾਂ ਕਦੇ ਸੋਚਿਆ ਹੀ ਨਹੀਂ ਸੀ। ਸਹੀ ਗੱਲ ਹੈ, ਹੁਣ ਅਸੀਂ ਵੀ ਬਾਈ ਇਹਦੀ ਜ਼ਿੰਦਗੀ ਬਾਰੇ ਸੋਚਣੀ ਹੈ, ਅੱਗੇ ਦੀ ਜ਼ਿੰਦਗੀ ਬਾਰੇ। ਅਸੀਂ ਤੁਹਾਡੀ ਗੱਲ ਸਮਝਦੇ ਹਾਂ ਬਾਈ ਜੀ, ਤੁਸੀਂ ਸਹੀ ਹੋ, ਹਰੇਕ ਹੀ ਬੰਦਾ ਸੋਚਦਾ ਇਹ ਗੱਲ। ਬਾਕੀ ਮਨਪ੍ਰੀਤ ਦੀ ਤਾਂ ਹਜੇ ਉਮਰ ਹੀ ਕੁਛ ਨਹੀਂ, ਅਸੀਂ ਸਾਰੇ ਰਿਸ਼ਤੇਦਾਰਾਂ ਨੇ ਬਾਈ ਰਾਏ ਬਣਾਈ ਹੈ ਬਹਿ ਕੇ, ਅਸੀਂ ਤਾਂ ਤੁਹਾਡੇ ਕੋਲ ਆਉਣੀ ਤੀ ਬਾਈ ਅੱਜ ਕੱਲ੍ਹ 'ਚ, ਬਾਬਾ ਤੁਸੀਂ ਆ ਗਏ। ਚੱਲ ਅਸੀਂ ਤਾਂ ਭੈਣੇ ਇਹ ਗੱਲ ਕਹਿੰਦੇ ਤੀ, ਆਪਣੇ ਸਾਰਿਆਂ ਦੀ ਸਹਿਮਤੀ ਨਾਲ ਆਪਣੀ ਮਨਪ੍ਰੀਤ ਨੂੰ ਸਾਡੇ ਭਿੰਦੇ ਲੜ ਲਾ ਦਈਏ। ਲੈ ਭੈਣੇ ਐਂ ਕਿਵੇਂ ਹੋ ਸਕਦਾ? ਉਹ ਕਿਉਂ ਨਹੀਂ ਸਕਦਾ ਭੈਣੇ, ਸਾਰੀ ਦੁਨੀਆ ਹੀ ਕਰਦੀ ਹੈ। ਪਰਮਾਤਮਾ ਨੇ ਜਿਹੜੀ ਮੁਸੀਬਤ ਪਾਈ ਹੈ ਆਪਣੇ 'ਤੇ, ਅਸੀਂ ਤਾਂ ਉਹਦਾ ਹੱਲ ਇਹੀ ਲੱਭੇ ਬਸ। ਉਹ ਤਾਂ ਤੁਹਾਡੀ ਗੱਲ ਠੀਕ ਹੈ ਬਾਈ ਜੀ, ਤੁਸੀਂ ਤਾਂ ਆਪਦੇ ਕਣੀਓ ਸੋਚ ਲਿਆ, ਅਸੀਂ ਵੀ ਸੋਚਣਾ ਵੀ ਅਸੀਂ ਕੀ ਕਰਨਾ। ਕੇਰਾਂ ਤਾਂ ਦੇਖ ਅਸੀਂ ਇਹਨੂੰ ਲੈ ਕੇ ਜਾਵਾਂਗੇ, ਫਿਰ ਅਸੀਂ ਆਪਦੇ ਰਿਸ਼ਤੇਦਾਰਾਂ ਨਾਲ ਸਲਾਹ ਕਰਕੇ ਦੱਸ ਦਾਂਗੇ ਵੀ ਕੀ ਕਰਨਾ। ਇਹ ਤਾਂ ਤੁਹਾਡੀ ਗੱਲ ਠੀਕ ਹੈ ਭੈਣੇ, ਪਰ ਇਹਦੇ 'ਚ ਮੇਨ ਸਲਾਹ ਤਾਂ ਭੈਣੇ ਆਪਾਂ ਹੀ ਕਰਨੀ ਹੈ ਦੋਨੇ ਪਰਿਵਾਰਾਂ ਨੇ। ਮੈਂ ਤਾਂ ਐਂ ਕਹਿੰਦੀ ਹਾਂ ਭੈਣੇ, ਮਨਪ੍ਰੀਤ ਦਾ ਇਸੇ ਘਰ 'ਚ ਰਹਿਣਾ ਠੀਕ ਰਹੂਗਾ। ਜੇ ਭੈਣੇ ਇਹ ਇੱਥੇ ਰਹੂਗੀ, ਅਸੀਂ ਇਹਦੇ ਬਾਰੇ ਵੀ ਸੋਚਾਂਗੇ, ਇਹਦੇ ਜਵਾਕ ਬਾਰੇ ਵੀ ਸੋਚਾਂਗੇ, ਅਸੀਂ ਸਾਰੇ ਇਹਦੇ ਨਾਲ ਆ ਭੈਣੇ। ਉਹ ਤਾਂ ਕੋਈ ਗੱਲ ਨਹੀਂ ਭੈਣੇ, ਸੋਚਣਾ ਤਾਂ ਆਪਣਾ ਫਰਜ਼ ਬਣਦਾ ਇਹਦੇ ਬਾਰੇ। ਸਾਨੂੰ ਵੀ ਇਹਦਾ ਬਹੁਤ ਫਿਕਰ ਹੈ, ਮੈਂ ਮੰਨਦੀ ਹਾਂ ਵੀ ਤੁਹਾਨੂੰ ਵੀ ਇਹਦਾ ਫਿਕਰ ਹੈਗਾ, ਪਰ ਇੱਕ ਵਾਰੀ ਤਾਂ ਅਸੀਂ ਇਹਨੂੰ ਲੈ ਕੇ ਜਾਵਾਂਗੇ, ਘਰੇ ਜਾ ਕੇ ਅਸੀਂ ਸਲਾਹ ਕਰਾਂਗੇ। ਕੋਈ ਗੱਲ ਨਹੀਂ, ਜੇ ਸਾਡਾ ਕੋਈ ਇਸ ਗੱਲ 'ਤੇ ਵਿਚਾਰ ਬਣਿਆ, ਅਸੀਂ ਤੁਹਾਨੂੰ ਦੱਸ ਦਾਂਗੇ, ਆਪਾਂ ਐਂ ਕਰ ਲਾਂਗੇ। ਚਲ ਕੋਈ ਨਾ ਭਾਈ, ਲੈ ਜਾਓ ਤੁਸੀਂ ਕੇਰਾਂ, ਤਾਂ ਫਿਰ 5-7 ਦਿਨਾਂ ਨੂੰ ਅਸੀਂ ਆਵਾਂਗੇ ਤੁਹਾਡੇ ਕੋਲ। ਕੋਈ ਗੱਲ ਨਹੀਂ, ਜੇ ਤੁਸੀਂ ਆਉਣਾ ਹੋਇਆ ਤਾਂ ਜੀ ਆਇਆਂ ਨੂੰ, ਨਹੀਂ ਤੁਹਾਨੂੰ ਦੱਸ ਤਾਂ ਦੇਵਾਂਗੇ ਵੀ ਕਿਵੇਂ ਕਰਨਾ ਹੋਇਆ। ਠੀਕ ਹੈ ਭਾਈ, ਆ ਜਾ ਨੂਰ, ਆ ਜਾ ਮੇਰੇ ਕੋਲ, ਆ ਜਾ ਪੁੱਤ, ਆ ਜਾ ਆ ਜਾ। ਫੋਨ ਦੇ ਲਾ ਚੀਜ਼ ਬੈਠੀ ਹੈ। ਆ ਜਾ ਫੋਨ ਮੈਂ ਦੇਵਾਂ, ਫੋਨ ਹੈ ਦਿੰਦਾ ਨਹੀਂ, ਫੋਨ ਹੈ ਦੇਵੇਂਗਾ, ਲਿਆ ਪਾ ਫੋਨ। ਫੋਟੋ ਖਿੱਚੀਏ ਤੇਰੀ, ਫੋਟੋ ਖਿੱਚੀਏ ਹੈਂ, ਫੋਟੋ ਖਿੱਚੀਏ। ਮੈਨੂੰ ਤਾਂ ਨਾ ਮਨਪ੍ਰੀਤ ਦੀ ਭੈਣ ਦੇ ਦਿਮਾਗ 'ਚ ਕੁਛ ਹੋਰ ਹੀ ਚੱਲਦਾ ਲੱਗਦਾ ਹੈ। ਹੋਰ ਮੈਨੂੰ ਤਾਂ ਅਪਰਾਧਾ ਜਾਂ ਹੋਰ ਲੱਗਦਾ ਉਹਨਾਂ ਦਾ, ਵੀ ਪਤੰਦਰੋ ਸਾਡਾ ਕੁਮਾਰਾ ਮੁੰਡਾ ਜਦੋਂ ਆਪਦੇ ਅਰਮਾਨਾਂ ਦਾ ਗਲਾ ਘੁੱਟਣ ਨੂੰ ਤਿਆਰ ਹੈਗਾ, ਘਰ ਦੀ ਇੱਜ਼ਤ ਵਾਸਤੇ ਵੀ ਆਪਦੇ ਭਾਈ ਦੇ ਪਰਿਵਾਰ ਪਿੱਛੇ ਕੁਰਬਾਨੀ ਦੇਣ ਲੱਗਿਆ, ਵੀ ਤੁਸੀਂ ਪਤੰਦਰੋ ਹਜੇ ਰਿਸ਼ਤੇਦਾਰਾਂ ਨਾਲ ਸਲਾਹ ਕਰੋਗੇ ਹੈ? ਉਹੀ ਤਾਂ ਗੱਲ ਹੈ, ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਉਹਨਾਂ ਦੀ, ਉਹਦੀ ਭੈਣ ਨੇ ਤਾਂ ਆਪਣੀ ਕੋਈ ਗੱਲ ਹੀ ਨਹੀਂ ਸੁਣੀ, ਬਸ ਇੱਕੋ ਹੀ ਰੱਟ ਲਾਈ ਰੱਖੀ ਵੀ ਇਸ ਤਰ੍ਹਾਂ ਨਾਲ ਲੈ ਕੇ ਜਾਣਾ, ਨਾਲ ਲੈ ਕੇ ਜਾਣਾ। ਸਹੀ ਗੱਲ ਹੈ, ਮੈਨੂੰ ਤਾਂ ਦੇਖੀ ਫਿਕਰ ਲੱਗਿਆ ਪਿਆ ਕਿਤੇ ਆਪਣੇ ਨੂਰ ਨੂੰ ਆਪਣੇ ਤੋਂ ਦੂਰ ਨਾ ਕਰ ਲੈਣ, ਮੇਰਾ ਤਾਂ ਉਹਦੇ ਨਾਲ ਪਿਆਰ ਹੀ ਵਾਲਾ ਹੈ, ਮੇਰੇ ਤਾਂ ਉਹਦੇ ਬਿਨਾਂ ਰਿਹਾ ਨਹੀਂ ਜਾਣਾ ਭਾਈ, ਸੱਚੀ ਗੱਲ ਹੈ। ਆਪਣਾ ਹੈਰੀ ਤਾਂ ਆਪਣੇ ਕੋਲ ਹੈ ਨਹੀਂ, ਹੋਸਟਲ 'ਚ ਪੜ੍ਹਦਾ, ਨੂਰ ਨਾਲ ਹੀ ਇਹ ਘਰ 'ਚ ਰੌਣਕ ਦੀਗੀ ਹੁਣ ਤਾਂ, ਮੇਰਾ ਤਾਂ ਆਪ ਨਹੀਂ ਉਹਦੇ ਬਿਨਾਂ ਜੀ ਲੱਗਣਾ। ਸਹੀ ਗੱਲ ਹੈ ਬਾਈ, ਜੇ ਇਹਨਾਂ ਦੀ ਕੋਈ ਹੋਰ ਸੋਚ ਹੋਈ ਆਪਾਂ ਤਾਂ ਇਹਨਾਂ ਨੂੰ ਸਿੱਧਾ ਕਹਿ ਦਾਂਗੇ ਵੀ ਸਾਡਾ ਨੂਰ ਸਾਨੂੰ ਦੇ ਦਿਓ ਭਾਈ, ਕਰ ਲਓ ਜਿਵੇਂ ਮਰਜ਼ੀ ਜਿਵੇਂ ਕਰਨਾ ਤੁਸੀਂ। ਸਹੀ ਗੱਲ ਹੈ ਫਿਰ, ਅਸੀਂ ਕਹਿਣਾ ਪਊ ਫਿਰ, ਹਾਂ ਦੇਖਦੇ ਹਾਂ ਚੱਲ ਕੀ ਕਹਿੰਦੇ ਨੇ, ਅਸੀਂ ਕਹਾਂਗੇ ਫਿਰ, ਨਾ ਅਸੀਂ ਕਹਾਂਗੇ ਫਿਰ। ਮੇਰੀ ਗੱਲ ਸੁਣ ਪੰਮੀ, ਜਿਵੇਂ ਉਹ ਜੱਸਾ ਤੇ ਸੁਖਪਾਲ ਕਹੀ ਜਾਂਦੇ ਤੇ, ਮੈਨੂੰ ਤਾਂ ਉਹ ਠੀਕ ਲੱਗਿਆ, ਆਪਾਂ ਉਵੇਂ ਨਾ ਕਰ ਲਈਏ।
ਐਵੇਂ ਉਵੇਂ ਕਰ ਲਈਏ ਬੇਬੇ? ਤੈਨੂੰ ਬੜਾ ਪਤਾ ਹੈ ਜਿਹੜਾ ਕੁਛ ਹੋਣਾ ਸੀ ਉਹ ਤਾਂ ਹੋ ਗਿਆ, ਹੁਣ ਆਪਾਂ ਮਨਪ੍ਰੀਤ ਦਾ ਗਾਹਾਂ ਜ਼ਿੰਦਗੀ ਬਾਰੇ ਵੀ ਸੋਚਣਾ ਹੈ, ਜਵਾਕ ਦਾ ਭਵਿੱਖ ਵੀ ਦੇਖਣਾ ਹੈ। ਮੇਰੀ ਗੱਲ ਸੁਣ ਲੈ ਬੇਬੇ, ਉਹਨਾਂ ਕੋਲ 4 ਕਿੱਲੇ ਜ਼ਮੀਨ ਦੇ ਨੇ ਸਾਰੇ, 4 ਕਿੱਲੇ ਨਾਲ ਕੀ ਕਰ ਲੈਣਗੇ ਉਹ? ਜਵਾਕ ਦਾ ਭਵਿੱਖ ਬਣਾ ਦੇਣਗੇ ਉਹ? ਪਹਿਲਾਂ ਤਾਂ ਚੱਲ ਰਾਜਾ ਫੌਜ 'ਚ ਸੀਗਾ, 70-80 ਹਜ਼ਾਰ ਰੁਪਇਆ ਤਨਖਾਹ ਦਾ ਆਉਂਦਾ ਸੀ, ਉਦੋਂ ਗੱਲ ਹੋਰ ਸੀ। ਹੁਣ ਜਦੋਂ ਉਹੀ ਨਹੀਂ ਰਿਹਾ, ਹੁਣ ਕਿਸੇ ਬੇਰੁਜ਼ਗਾਰ ਦੇ ਲਾੜੇ ਨੂੰ ਕਿਵੇਂ ਲਾ ਦਈਏ? ਜਾਂ ਤਾਂ ਫਿਰ ਆਪਾਂ ਨੂੰ ਐਂ ਹੋਵੇ ਆਪਾਂ ਨੂੰ ਦੇ ਹੋਵੇ ਭਾਈ ਜ਼ਮੀਨ ਹੈ ਖਾਸੀ ਅਗਲੇ ਕੋਲੇ। ਹਾਂ ਫਿਰ ਗੱਲ ਸਹੀ ਹੈ ਪੰਮੀ ਦੀ, ਹੁਣ ਆਪਾਂ ਜਿਹੜਾ ਵੀ ਕਦਮ ਚੱਕਣਾ ਸੋਚ ਸਮਝ ਕੇ ਚੱਕਣਾ। ਕੋਈ ਨਹੀਂ, ਮਨਪ੍ਰੀਤ ਵਾਸਤੇ ਬਥੇਰੇ ਚੰਗੇ ਤੋਂ ਚੰਗੇ ਰਿਸ਼ਤੇ ਮਿਲ ਜਾਣਗੇ, ਅਸੀਂ ਭਾਲਾਂਗੇ ਕੋਈ ਚੰਗਾ ਰਿਸ਼ਤਾ। ਇਹ ਨਹੀਂ ਪਤਾ ਕੋਈ ਨੌਕਰੀ ਵਾਲੇ ਮਿਲ ਜੇ, ਨਹੀਂ ਘੱਟੋ ਘੱਟ ਅਗਲੇ ਦਾ ਕਾਰੋਬਾਰ ਤਾਂ ਤਗੜਾ ਹੋਵੇ। ਹੁਣ ਇਹਦਾ ਦਿਓਰ ਤਾਂ ਵਿਹਲੜ ਹੈ, ਹਜੇ ਪੜ੍ਹੀ ਜਾਂਦਾ, ਨੌਕਰੀਆਂ ਕਿਹੜਾ ਵੱਟਦੇ ਪਈਆਂ ਨੇ ਧਰੀਆਂ? ਨਾ ਨਾ, ਨੌਕਰੀਆਂ ਨਹੀਂ ਮਿਲਦੀਆਂ, ਨੌਕਰੀਆਂ ਕਿੱਥੇ ਹੁਣ? ਉਹ ਤਾਂ ਵਧੀਆ ਜਿਹੜੇ ਨੇ ਪਹਿਲਾਂ ਮਿਲ ਗਈਆਂ ਹੁਣ ਨਹੀਂ ਮਿਲਦੀਆਂ, ਨੌਕਰੀਆਂ ਭਾਲਦਾ। ਬਸ ਤੂੰ ਮੇਰੀ ਗੱਲ ਸੁਣ ਲੈ ਮਨਪ੍ਰੀਤ, ਅਸੀਂ ਜਿਹੜਾ ਕੁਛ ਕਰਾਂਗੇ ਤੇਰੇ ਭੱਲੇ ਵਾਸਤੇ ਕਰਾਂਗੇ, ਬਸ ਤੂੰ ਉਹਨਾਂ ਦੀ ਗੱਲ ਨਹੀਂ ਸੁਣਨੀ। ਹੁਣ ਮੈਂ ਤਾਂ ਫਿਰ ਭੈਣੇ ਉਹਨਾਂ ਨੂੰ ਹਾਂ ਵੀ ਫੜਾ ਬੈਠੀ ਸੀ। ਕੋਈ ਨਾ, ਜੇ ਤੂੰ ਉਹਨਾਂ ਨੂੰ ਹਾਂ ਫੜਾ ਬੈਠੀ ਫਿਰ ਕੀ ਹੋ ਗਿਆ? ਤਾਂ ਕਿਹੜਾ ਕੋਈ ਸਟਾਂਪ ਭਰ ਕੇ ਦੇਤਾ ਉਹਨਾਂ ਨੂੰ? ਸਹੀ ਗੱਲ ਹੈ, ਫਿਰ ਕੀ ਗੱਲ ਹੈਗੀ? ਜੇ ਸਟਾਂਪ ਭਰਿਆ ਹੁੰਦਾ ਆਪਾਂ ਉਹ ਵੀ ਮੁੱਕਰ ਜਾਂਦੇ, ਗਾਂ ਜ਼ਿੰਦਗੀ ਦਾ ਫੈਸਲਾ ਤੇਰੀ ਦਾ। ਉਹੀ ਤਾਂ ਗੱਲ ਹੈ, ਸਾਡੇ ਨਾਲ ਕੋਈ ਸਲਾਹ ਨਹੀਂ ਕਰਿਆ, ਮਸ਼ਵਰਾ ਨਹੀਂ ਕਰਿਆ, ਸਾਡੀ ਕੁੜੀ ਤੋਂ ਲੈ ਪ੍ਰੈਸ਼ਰ ਪਾ ਕੇ ਉਈ ਹਾਂ ਕਰਾ ਲਈ। ਇਹ ਵੀ ਕੀ ਕਰੇ ਵਿਚਾਰੀ, ਸਾਰੇ ਜਿਹੜੇ ਜੁੜ ਕੇ ਇਹਦੇ ਦਾੜੇ ਹੋ ਗਏ ਹੋਣਗੇ। ਹੋਰ ਪ੍ਰੈਸ਼ਰ ਤਾਂ ਪਾਈ ਹੈ ਤੇ, ਬਸ ਮਨਪ੍ਰੀਤ ਹੁਣ ਤੂੰ ਉਹਨਾਂ ਦੀ ਗੱਲ ਨਹੀਂ ਸੁਣਨੀ। ਹੁਣ ਫਿਰ ਆਪਣਾ ਪੱਕਾ ਮਨ ਹੀ ਹੈ ਵੀ ਉੱਥੇ ਨਹੀਂ ਕਰਨਾ? ਪੱਕਾ ਮਨ ਹੀ ਹੈ ਬੇਬੇ, ਹੋਰ ਕੀ ਕੱਚਾ? ਬਸ ਆਪਣੀ ਤਾਂ ਲੋਹੇ ਦੀ ਲਕੀਰ, ਆਪਾਂ ਤਾਂ ਉੱਥੇ ਕਰਨਾ ਹੀ ਨਹੀਂ। ਚਲ ਠੀਕ ਹੈ ਫਿਰ। ਹੋਰ ਨੂੰ ਆਪਾਂ ਉੱਥੇ ਕਰਦੇ ਹੈਗੇ, ਕੋਈ ਵਧੀਆ ਦੇਖਾਂਗੇ। ਅਸੀਂ ਤਾਂ ਫੈਸਲਾ ਕਰ ਲਿਆ ਭੈਣੇ, ਅਸੀਂ ਤਾਂ ਮਨਪ੍ਰੀਤ ਦਾ ਕਿਤੇ ਹੋਰ ਸੋਚਾਂਗੇ। ਦੇਖ ਮੇਰੀ ਗੱਲ ਸੁਣ ਭੈਣੇ, ਆਪਾਂ ਇਹ ਬੇਕੂਫੀ ਨਹੀਂ ਕਰਨੀ, ਆਪਾਂ ਇਹਨੂੰ ਪਿੰਦੇ ਦੇ ਲਾੜ ਲਾ ਦਈਏ ਭੈਣੇ, ਵਧੀਆ ਰਹੂਗਾ। ਮੇਰੀ ਗੱਲ ਸੁਣ ਲੈ ਭੈਣੇ, ਅਸੀਂ ਕੋਈ ਬੇਵਕੂਫੀ ਨਹੀਂ ਕਰ ਰਹੇ, ਠੀਕ ਹੈ ਨਾ? ਨਾਲੇ ਕੀ ਵਧੀਆ ਰਹੂਗਾ, ਉਦੋਂ ਤਾਂ ਚੱਲ ਸਾਨੂੰ ਪਤਾ ਸੀ ਵੀ ਰਾਜਾ ਸਰਕਾਰੀ ਨੌਕਰੀ ਲੱਗਿਆ, ਫੌਜੀ ਆ ਗਲਾ, ਚੱਲ ਸਾਡੀ ਕੁੜੀ ਉੱਥੇ ਖੁਸ਼ ਰਹੂ, ਗਾਂ ਜਵਾਕਾਂ ਦਾ ਵੀ ਵਧੀਆ ਭਵਿੱਖ ਰਹੂਗਾ। ਹੁਣ 4 ਕਿੱਲੇ ਜ਼ਮੀਨ ਦੇ ਨੇ ਤੁਹਾਡੇ ਕੋਲੇ, ਦੋਨੇ ਭਾਈਆਂ ਨੂੰ ਦੋ ਦੋ ਆ ਗਏ, ਕੀ ਵਧੀਆ ਬਣ ਜੂਗਾ ਇਹ 'ਚ? ਕੀ ਜਵਾਕ ਦਾ ਭਵਿੱਖ ਬਣੂਗਾ? ਅੱਛਾ ਅੱਛਾ, ਆਹ ਗੱਲ ਹੈ, ਸਾਨੂੰ ਤਾਂ ਪਤਾ ਹੀ ਨਹੀਂ ਸੀ, ਤੁਹਾਡੇ ਦਿਮਾਗ 'ਚ ਆਹ ਗੱਲ ਚੱਲੀ ਜਾਂਦੀ ਹੈ। ਹੈਂ, ਚੱਲ ਕੋਈ ਗੱਲ ਨਹੀਂ, ਜੇ ਤੁਹਾਨੂੰ ਲੱਗਦਾ ਵੀ ਮਨਪ੍ਰੀਤ ਹੋਰ ਥਾਂ ਖੁਸ਼ ਰਹੂਗੀ, ਹੋਰ ਥਾਂ ਇਹਦਾ ਰਿਸ਼ਤਾ ਵਧੀਆ ਥਹਿ ਜੂਗਾ ਸਾਨੂੰ, ਕੋਈ ਨਾ, ਹੈ ਕਰ ਲਓ ਭਾਈ, ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲਓ। ਆਹ ਤੁਸੀਂ ਕੀ ਬੋਲੀ ਜਾਂਦੇ ਹੋ? ਬੋਲਾਂ ਨਾ ਫਿਰ, ਇਹ ਤਾਂ ਪਹਿਲਾਂ ਹੀ ਪੱਕੇ ਹੋਏ ਫਿਰਦੇ ਨੇ, ਆਪਦੇ ਦਿਮਾਗ 'ਚ ਲਾਈ ਬੈਠੇ ਨੇ ਸਕੀਮ। ਚੱਲ ਕੋਈ ਨਾ, ਚੁੱਪ। ਮੈਂ ਆਪਾਂ ਹੁਣ ਜੇ ਇਹਨਾਂ ਨੇ ਮੱਥ ਰੱਖੀ ਹੈ, ਘੜ ਰੱਖੀ ਹੈ ਪਹਿਲਾਂ ਹੀ, ਆਪਾਂ ਇਹਨਾਂ ਨੂੰ ਕਿਵੇਂ ਰੋਕ ਸਕਦੇ ਹਾਂ? ਰੋਕ ਕਿਉਂ ਨਹੀਂ ਸਕਦੇ? ਮਨਪ੍ਰੀਤ ਦੀ ਆਪਦੀ ਜ਼ਿੰਦਗੀ ਦਾ ਫੈਸਲਾ ਇਹ, ਆਪ ਇਹ ਲੈ ਸਕਦੀ ਹੈ, ਆਪਾਂ ਨੂੰ ਹਾਂ ਕਰੀ ਇਹਨੇ। ਮਨਪ੍ਰੀਤ ਤੂੰ ਕਿਉਂ ਨਹੀਂ ਕੁਛ ਬੋਲਦੀ ਭੈਣੇ? ਮੈਂ ਆਪਦੇ ਘਰਦਿਆਂ ਤੋਂ ਬਾਹਰ ਨਹੀਂ ਹੋ ਸਕਦੀ ਭੈਣੇ। ਅੱਛਾ ਅੱਛਾ, ਚੱਲ ਕੋਈ ਗੱਲ ਨਹੀਂ, ਸਾਡਾ ਜਵਾਕ ਸਾਨੂੰ ਦੇ ਦਿਓ, ਨੂਰ ਨੂੰ ਅਸੀਂ ਆਪਦੇ ਕੋਲੇ ਰੱਖਣਾ। ਨਾ ਨਾ, ਐਂ ਕਿਵੇਂ ਹੋਜੂ ਭੈਣੇ, ਨੂਰ ਨੂੰ ਅਸੀਂ ਰੱਖਾਂਗੇ, ਪਿਓ ਉਹਦਾ ਮਰ ਗਿਆ, ਮਾਂ ਕੋਲੇ ਰਹੂ ਜਵਾਕ। ਮੇਰੀ ਇੱਕ ਗੱਲ ਸੁਣ ਲੈ ਭੈਣੇ, ਪਹਿਲਾਂ ਤਾਂ ਮੇਰਾ ਭਰਾ ਮਰਿਆ ਨਹੀਂ ਹੈਗਾ, ਸ਼ਹੀਦ ਹੋਇਆ, ਦੇਸ਼ ਦੀ ਖਾਤਰ ਜਾਨ ਦਿੱਤੀ ਹੈ ਉਹਨੇ। ਆਹੋ ਸਾਨੂੰ ਪਤਾ ਹੈ ਤਾਂ, ਸ਼ਹੀਦ ਤਾਂ ਹੋਇਆ ਹੀ ਉਹ, ਪਰ ਐਂ ਜਵਾਕ ਤਾਂ ਹੁਣ ਮਾਂ ਕੋਲ ਹੀ ਰਹੂਗਾ, ਜਵਾਕ ਨਹੀਂ ਅਸੀਂ ਦੇ ਸਕਦੇ। ਐਂ ਨਾ ਕਰੋ ਭੈਣੇ, ਸਾਡੇ ਤਾਂ ਐਡਾ ਜ਼ੁਲਮ ਨਾ ਕਰੋ, ਮੇਰਾ ਜਵਾਕ ਨਾਲ ਬਾਹਲਾ ਜ਼ਿਆਦਾ ਮੋਹ ਹੈ, ਜਵਾਕ ਸਾਨੂੰ ਦੇ ਦਿਓ ਬਸ, ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ, ਮੈਂ ਨੂਰ ਨੂੰ ਮਾਂ ਤੋਂ ਹੀ ਵੱਧ ਰੱਖੂਗੀ। ਬੱਚੇ ਨੂੰ ਤਾਂ ਅਸੀਂ ਦੇ ਨਹੀਂ ਸਕਦੇ ਸੁਖਪਾਲ ਪੁੱਤ, ਮੈਂ ਤੇਰੇ ਤੋਂ ਹੱਥ ਜੋੜ ਕੇ ਮਾਫੀ ਮੰਗਦੀ ਹਾਂ। ਚਲ ਉੱਠ ਸੁਖਪਾਲ, ਚੱਲੀਏ, ਇਹਨਾਂ ਨੇ ਤਾਂ ਸਾਰੀਆਂ ਸਾਂਝਾਂ ਖਤਮ ਕਰਤੀਆਂ ਆਪਣੇ ਨਾਲ। ਨਾ ਨਾ ਬਾਈ, ਸਾਂਝਾਂ ਨਹੀਂ ਖਤਮ ਕਰੀਆਂ, ਬੈਠੋ ਤੁਸੀਂ, ਰੋਟੀ ਖਾ ਕੇ ਜਾਇਓ। ਬਸ ਭਰਾਵਾ, ਧੰਨਵਾਦ ਤੁਹਾਡਾ। ਮਨਪ੍ਰੀਤ, ਮੈਂ ਨੂਰ ਨੂੰ ਮਿਲਣਾ ਤੀ ਭੈਣੇ। ਨੂਰ ਨੂੰ ਤਾਂ ਪੁੱਤ ਮਿਲਿਆ ਦਿੰਦੇ ਤੈਨੂੰ ਸੁਖਪਾਲ, ਇਹਦਾ ਚਾਚਾ ਆਪਦੇ ਪੋਤੇ ਨੂੰ ਤੇ ਨੂਰ ਨੂੰ ਲੈ ਕੇ ਖੇਤ ਜਾ ਰਿਹਾ। ਲੈ ਦੱਸ, ਮੈਨੂੰ ਤਾਂ ਇਹਦੀ ਜਠਾਣੀ ਦੀ ਸਮਝ ਨਹੀਂ ਆਉਂਦੀ, ਆਖੇ ਸਾਡਾ ਜਵਾਕ ਸਾਨੂੰ ਦੇ ਦਿਓ, ਜਿਵੇਂ ਇਹਦੀ ਸੱਸ ਹੁੰਦੀ ਆ ਪੋਤਾ ਹੁੰਦਾ ਉਹਦਾ। ਹੋਰ ਉਹੀ ਤਾਂ ਗੱਲ ਹੈ। ਕੋਈ ਨਾ ਮਨਪ੍ਰੀਤ, ਤੂੰ ਫਿਕਰ ਨਾ ਕਰ, ਅਸੀਂ ਤੇਰੇ ਵਾਸਤੇ ਵਧੀਆ ਰਿਸ਼ਤਾ ਲੱਭਾਂਗੇ। ਹੋਰ ਕੋਈ ਨਾ, ਮੈਂ ਦੇਖਦਾ, ਕਹਿਣਾ ਕਿ ਹੋਣਾ ਕਿਸੇ ਨੂੰ।
सोचना कर तू वधिया रिश्ता देखा तेरे वास्ते। की करिए ना किंदू है मोटर का भैया लाया भैया अच्छा हां कुछ तक सिनर माती सी कुछ रह गई जमा रात लेट आऊ वादू हां पैंदा करता आराम जोगी ना चल वधिया मैं भी कल छड़ी थी यार अच्छा हां उधरले खेता भर गए यार इधर आए गए थे मैं स्प्रे जी करनु करदा सलाह जी अच्छा मैं स्प्रे कर दूं तड़के करा देंगे यार स्प्रे यार हां तू करेगा स्प्रे हां मैं करूं अच्छा ਉਹ ਆਇਆ ਯਾਰ ਤੈਨੂੰ ਪਤਾ ਫਿਰ ਪਹਿਲਾਂ ਤਾਂ ਬਾਈ ਕਰੀ ਜਾਂਦਾ ਤੀ ਯਾਰ ਹੁਣ ਤੈਨੂੰ ਪਤਾ ਯਾਰ ਉਹ ਬਾਈ ਕਰਕੇ ਉਹਦਾ ਜੀਜਾ ਨਹੀਂ ਕਰਦਾ ਕੋਈ ਕੰਮ ਧੰਦਾ ਕਰਨ ਨੂੰ ਫਿਰ ਮੈਂ ਵੀ ਉਹਨੂੰ ਕਹਿੰਦੀ ਨਹੀਂ ਹੈਗਾ ਮੈਂ ਚੱਲ ਮੈਂ ਦੋ ਛੁੱਟੀਆਂ ਲੈ ਲੂੰ ਯਾਰ ਹੋਰ ਕੀ ਹੈ ਉਹ ਵੀ ਮਾੜਾ ਹੋਇਆ ਕੰਮ ਮੇਰਾ ਹੋਰ ਯਾਰ ਬਾਈ ਚੱਲ ਪਰਮਾਤਮਾ ਤੈਨੂੰ ਪਤਾ ਹੁਣ ਜੇ ਜੀਜਾ ਨਹੀਂ ਕਰਦਾ ਛੋੜ ਯਾਰ ਘਰੇ ਆਉਣ ਨੂੰ ਹਨਾ ਹੋਰ ਚੱਲ ਤੂੰ ਉਰੇ ਮਿਲ ਗਿਆ ਵਧੀਆ ਨਾ ਨਾ ਚੱਲ ਕੋਈ ਨਾ ਲਵਾ ਦੇਗਾ ਫਿਰ ਤੜਕੇ ਹਾਂ ਕੋਈ ਨਾ ਕਰਾ ਦਾਂਗੇ ਹਾਂ ਮੈਂ ਉਹ ਵੀ ਪੁੱਛਿਆ ਤੀ ਮੋਣੀ ਉਹ ਕਹਿੰਦਾ ਮੈਂ ਵੀ ਲਵਾ ਦੂੰ ਇੱਕ ਦਿਨ ਨਾ ਕੋਈ ਨਾ ਬਈ ਕਰਾ ਫੋਨ ਕਰਦੀ ਬਸ ਪਹਿਲਾਂ ਨਾ ਕੋਈ ਨਾ ਫੋਨ ਕਰ ਦੂੰ ਮੈਂ ਤੈਨੂੰ ਫੋਨ ਮਾਰੂੰਗਾ ਆ ਜੀ ਚੰਗਾ ਬਾਈ ਬਣ ਕੇ ਨਾ ਕੋਈ ਨਾ ਕੋਈ ਨਾ ਹੋਰ ਯਾਰ ਫਿਰ ਮੈਂ ਵੀ ਛੁੱਟੀ ਲੈਤੀ ਹੈ ਦੋ ਦਿਨਾਂ ਦੀ ਕੋਈ ਨਾ ਕੋਈ ਨਾ ਕਰਾ ਦਾਂਗੇ ਕੋਈ ਚੱਕਰ ਹਾਂ ਕੋਈ ਨਾ ਤੂੰ ਫੇਰ ਕਰ ਲਈ ਕੰਮ ਧੰਦਾ ਕੋਈ ਨਾ ਕੋਈ ਨਾ ਬੇਬੇ ਡੱਬੀਆਂ ਲੈਣ ਗਈ ਨੇ ਇੰਨਾ ਟਾਈਮ ਲਾਤਾ ਉਰੇ ਤਾਂ ਦੁਕਾਨ ਹੈ ਨਾਲ ਆਪਣੇ ਘਰ ਦੀ ਕਾਦਾ ਚਿਰ ਲਾਤਾ ਪਿੰਡ 'ਚ ਤਾਂ ਅੱਗ ਮੱਚੀ ਪਈ ਹੈ ਗੱਜਣ ਦੇ ਦੋਨੇ ਮੁੰਡਿਆਂ ਨੇ ਨਾ ਵੱਡੇ ਮੁੰਡੇ ਨੂੰ ਮਾਰਤਾ ਗੋਲੀਆਂ ਮਾਰ ਕੇ ਜ਼ਮੀਨ ਪਿੱਛੇ ਹਾਏ ਅੱਛਾ ਬੇਬੇ ਹੋਰ ਤੂੰ ਉਹਨਾਂ ਦੇ ਘਰਾਂ ਕੋਲੇ ਜਾ ਕੇ ਦੇਖ ਕਿੰਨਾ ਇਕੱਠ ਹੋ ਰਿਹਾ ਪੁਲਿਸ ਵਾਲੀ ਖੜੀ ਆ ਉੱਥੇ ਗੱਜਣ ਪੁਲਿਸ ਨੂੰ ਕਹੀ ਜਾਂਦਾ ਸੀ ਕਹਿੰਦਾ ਮੇਰੇ ਮੁੰਡਿਆਂ ਨੇ ਕੁਛ ਨਹੀਂ ਕਰਿਆ ਮੇਰੇ ਸਿਰ ਕੇਸ ਪਾ ਦਿਓ ਅੱਛਾ ਉਹ ਐਂ ਕਿਉਂ ਕਹਿੰਦਾ ਸੀ ਕਤਲ ਤਾਂ ਉਹਦੇ ਮੁੰਡਿਆਂ ਨੇ ਕਰੇ ਨਹੀਂ ਆਪਦੇ ਮੁੰਡਿਆਂ ਨੂੰ ਬਚਾਉਣ ਦਾ ਮਾਰਾ ਕਹਿੰਦਾ ਹੈ ਤੈਨੂੰ ਪਤਾ ਜਿਹੜਾ ਮਾਰਿਆ ਇਹ ਮਤਰੇਆ ਪੁੱਤ ਸੀ ਇਹਦਾ ਨਹੀਂ ਗੱਜਣ ਦੇ ਘਰ ਵਾਲੀ ਪਹਿਲੀ ਤਾਂ ਮਰ ਗਈ ਸੀ ਇਹ ਦੂਜੀ ਵਾਰ ਵਿਆਹਿਆ ਸੀ ਇਹ ਦੂਜੀ ਵਾਰ ਵਾਲੀ ਦੇ ਮਾਂਗਰ ਆਇਆ ਸੀ ਇਹ ਮੁੰਡਾ ਉਹਦਾ ਕਿਤੇ ਤਲਾਕ ਹੋਇਆ ਹੋਇਆ ਸੀ ਅੱਛਾ ਅੱਛਾ ਇਹਦਾ ਮਤਲਬ ਅਖੀਰ ਗੱਜਣ ਆਪਦੇ ਸਕੇ ਪੁੱਤਾਂ ਨਾਲ ਹੀ ਖੜਿਆ ਹੈ ਤੇ ਹੋਰ ਪੁੱਤ ਉੱਥੇ ਤਾਂ ਇੱਕ ਦੇ ਦੋ ਪਿੰਡ ਹੋ ਰਹੇ ਨੇ ਤਾਂ ਤਾਂ ਮੈਨੂੰ ਚਿਰ ਲੱਗ ਗਿਆ ਹੈ ਮੇਰਾ ਨੂਰ ਪੁੱਤ ਆ ਗਿਆ ਨੂਰ ਆ ਜਾ ਪੁੱਤ ਆ ਜਾ ਸਤਿ ਸ਼੍ਰੀ ਅਕਾਲ ਮਾਸੀ ਸਤਿ ਸ਼੍ਰੀ ਅਕਾਲ ਆ ਜਾ ਬਹਿ ਜਾਓ ਬਹਿ ਜਾ ਮਾਸੀ ਬੈਜਾ ਮੰਗ ਪੈਤਾ ਮੈਨੂੰ ਮਾਫ ਕਰ ਦੋ ਪੁੱਤ ਮੈਂ ਆਪਦੀ ਵੱਡੀ ਕੁੜੀ ਦੇ ਮਗਰ ਲੱਗ ਕੇ ਇਹਦੀ ਜ਼ਿੰਦਗੀ ਦਾ ਬਹੁਤ ਗਲਤ ਫੈਸਲਾ ਲੈਣ ਲੱਗੀ ਸੀ ਇਹ ਤਾਂ ਵਿਚਾਰੀ ਅੰਦਰੋਂ ਰਾਜੀ ਹੈ ਨਹੀਂ ਸੀ ਅਸੀਂ ਉਹ ਤੇ ਦਬਾਅ ਪਾ ਲਿਆ ਵੱਧ ਤਾਂ ਉਹਨੇ ਪਾਤਾ ਪੰਮੀ ਨੇ ਸਾਨੂੰ ਤੁਹਾਡਾ ਫੈਸਲਾ ਮਨਜ਼ੂਰ ਹੈ ਪੁੱਤ ਅੱਛਾ ਅੱਛਾ ਚੱਲ ਕੋਈ ਗੱਲ ਨਹੀਂ ਹਜੇ ਵੀ ਚੰਗੀ ਤਰ੍ਹਾਂ ਸੋਚ ਲਓ ਮਾਸੀ ਜ਼ਮੀਨ ਸਾਡੇ ਕੋਲ ਬਹੁਤ ਥੋੜ੍ਹੀ ਹੈ ਕਿਉਂ ਸ਼ਰਮਿੰਦਾ ਕਰਦਾ ਪੁੱਤ ਤੁਹਾਡੇ ਕੋਲ ਜ਼ਮੀਨ ਬਾਈ ਥੋੜ੍ਹੀ ਤਾਂ ਹੈਗੀ ਹੈ ਜੇ ਤੁਹਾਡੇ ਕੋਲ ਜ਼ਮੀਨ ਦਾ ਇੱਕ ਖੁੱਡ ਵੀ ਨਾ ਹੁੰਦਾ ਤਾਂ ਵੀ ਮੈਂ ਇਸੇ ਘਰ 'ਚ ਵਸਣਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਪਤਾ ਬਾਈ ਜਿਹੜਾ ਪਿਆਰ ਮੇਰੇ ਪੁੱਤ ਨੂੰ ਇਸ ਘਰ 'ਚੋਂ ਮਿਲ ਸਕਦਾ ਹੋਰ ਕਿਤੇ ਨਹੀਂ ਮਿਲ ਸਕਦਾ ਪੰਮੀ ਅਤੇ ਬਾਈ ਨੇ ਮੇਰੇ 'ਤੇ ਬਾਹਲਾ ਦਬਾਅ ਪਾਤਾ ਸੀ ਪਰ ਸਾਡੇ ਪਿੰਡ ਹੋਈ ਇੱਕ ਘਟਨਾ ਨੇ ਮੇਰੀਆਂ ਅੱਖਾਂ ਖੋਲ੍ਹਤੀਆਂ ਘਟਨਾ ਨੇ ਕਿਹੜੀ ਘਟਨਾ ਨੇ ਸਾਡੇ ਪਿੰਡ ਇੱਕ ਬੰਦਾ ਸੀ ਭੈਣੇ ਉਹਦੇ 3 ਮੁੰਡੇ ਸੀ ਵੱਡਾ ਮਤਰੇਆ ਸੀ ਛੋਟੇ 2 ਨੇ ਮਤਰੇਆ ਮਾਰਤਾ ਵੱਡਾ ਉਹਨਾਂ ਦਾ ਪਿਓ ਪੁਲਿਸ ਨੂੰ ਕਹਿੰਦਾ ਕੇਸ ਮੇਰੇ 'ਤੇ ਪਾ ਦਿਓ ਉਹਨੂੰ ਮੈਂ ਮਾਰਿਆ ਇਸ ਗੱਲ ਨੇ ਭੈਣੇ ਮੈਨੂੰ ਸਬਕ ਦਿੱਤਾ ਵੀ ਮਤਰੇਆ ਮਤਰੇਆ ਹੀ ਹੁੰਦਾ ਸਕਾ ਸਕਾ ਹੀ ਹੁੰਦਾ ਇਹੀ ਤਾਂ ਗੱਲ ਤੈਨੂੰ ਸਮਝਾਉਣਾ ਚਾਹੁੰਦੇ ਤੇ ਮਨਪ੍ਰੀਤ ਅਸੀਂ ਮੰਨ ਲੈ ਤੇਰਾ ਵਿਆਹ ਕਿਤੇ ਹੋਰ ਹੋ ਜਾਂਦਾ ਤੂੰ ਨੂਰ ਨੂੰ ਆਪਦੇ ਨਾਲ ਲੈ ਜਾਂਦੀ ਉਸ ਬੰਦੇ ਨੇ ਨੂਰ ਨੂੰ ਮਤਰੇਆ ਹੀ ਸਮਝਣਾ ਸੀ ਕੱਲ੍ਹ ਨੂੰ ਉਹਦੇ ਬੱਚਾ ਕੋਈ ਹੋਰ ਹੋ ਜਾਂਦਾ ਉਹਨੇ ਤਾਂ ਉਸੇ ਨੇ ਮੋਹ ਪਿਆਰ ਕਰਨਾ ਸੀਗਾ ਨੂਰ ਨਾਲ ਤਾਂ ਸਾਰੀ ਉਮਰ ਵਿਤਕਰ ਹੀ ਹੋਣਾ ਸੀ ਇਸੇ ਡਰ ਕਰਕੇ ਤਾਂ ਪਿੰਦਾ ਕੁਰਬਾਨੀ ਦੇਣ ਨੂੰ ਤਿਆਰ ਹੋਇਆ ਸੀ ਵੀ ਕਹਿੰਦਾ ਮੇਰੇ ਭਾਈ ਦੀ ਲਾਦ ਨਾ ਰੋਲੇ ਉਹੀ ਤਾਂ ਗੱਲ ਹੈ ਸਾਡੇ ਭਰਾ ਦਾ ਖੂਨ ਆਖਰ ਅਸੀਂ ਕਿਵੇਂ ਨਾ ਸੋਚਾਂਗੇ ਉਹਦਾ ਤੁਸੀਂ ਸਾਡੀਆਂ ਭਾਵਨਾਵਾਂ ਦੀ ਕਦਰ ਤਾਂ ਕੀ ਕਰਨੀ ਸੀ ਉਲਟਾ ਸਾਡੀ ਬੇਇੱਜ਼ਤੀ ਕਰੀ ਮੈਂ ਸੋਥੋਂ ਹੱਥ ਮੰਨ ਕੇ ਮਾਫੀ ਮੰਗਦੀ ਹਾਂ ਪੁੱਤ ਸਾਰੀ ਗਲਤੀ ਪੰਮੀ ਤੇ ਸਾਡੇ ਪਰੌਣੇ ਦੀ ਹੈ ਹੁਣ ਵੀ ਅਸੀਂ ਉਹਨਾਂ ਨਾਲ ਅੜ ਕੇ ਆਏ ਹਾਂ ਚੱਲ ਕੋਈ ਗੱਲ ਨਹੀਂ ਮਾਸੀ ਹਜੇ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ ਅੱਜ ਤੂੰ ਇੱਥੇ ਰਹਿ ਕੱਲ੍ਹ ਨੂੰ ਆਪਾਂ ਰਿਸ਼ਤੇਦਾਰਾਂ ਨੂੰ ਖਾਸ ਖਾਸ ਨੂੰ ਇਕੱਠੇ ਕਰਕੇ
ਆਪਾਂ ਜਿਹੜੀ ਰੋ ਰੀਤ ਜੀ ਹੈਗੀ ਹੈ ਉਹਨੂੰ ਨੇਪਰੇ ਚਾੜ ਦਿੰਦੇ ਹਾਂ। ਚੱਲ ਠੀਕ ਹੈ ਪੁੱਤ। ਹਾਂਜੀ ਸਤਿ ਸ਼੍ਰੀ ਅਕਾਲ, ਸਲਾਮ ਅਦਾਬ, ਨਮਸਕਾਰ। ਤੁਸੀਂ ਜੁੜੇ ਹੋ ਪਿੰਡੂ ਵਿਰਸਾ ਦੇ ਨਾਲ। ਹੁਣ ਵਾਰੀ ਹੈ ਤੁਹਾਡੀ ਕਮੈਂਟ ਕਰਨ ਵਾਲੇ ਦੀ। ਮੁਹੰਮਦ ਸਜਾਦ ਉਕਾੜਾ ਪਾਕਿਸਤਾਨ, ਰੂਹੀ ਫਰੀਦਾਬਾਦ, ਮਾਨਵ ਸਿੰਘ ਗਿੱਲ ਫਰੀਦਾਬਾਦ, ਕੁਲਵਿੰਦਰਜੀਤ, ਗੁਰਮੇਲ ਸਿੰਘ ਬੋਦਲਵਾਲਾ, ਗੁਰਜਸ ਕੌਰ, ਗੁੱਡੀ ਸਰਾਵਾਂ, ਜਸ਼ਨ ਫਫੜੇ, ਬਾਇਆ ਸਿੰਘ ਸਿੱਧੂ ਚਚੂਹਰ, ਅਜੈਬ ਸਿੰਘ ਔਲਖ ਭਲਵਾਨ ਧੂਰੀ, ਨਰਿੰਦਰ ਸ਼ਰਮਾ ਮੱਤਾਂ, ਮੁਹੰਮਦ ਨਜਾਕਤ ਰਾਵਲਪਿੰਡੀ ਇਸਲਾਮਾਬਾਦ, ਫਤਿਹਵੀਰ ਵਰਾੜ, ਸੁਰਿੰਦਰਪਾਲ ਸਿੰਘ ਅਬੋਹਰ, ਰਮਨਦੀਪ ਟਿਵਾਣਾ, ਜਸਵੀਰ ਕੌਰ ਬਾਜੀਗਰ ਭੱਟ ਮਾਜਰਾ, ਹਮੀਰ ਸਿੰਘ ਦਿੱਲੀ, ਪਰਮਿੰਦਰ ਕੌਰ ਅਤੇ ਪਰਮੇਸ਼ਰ ਸਿੰਘ ਪਿੰਡ ਪੰਨੀਵਾਲਾ ਮੋਰਿਕਾ। ਸ਼ੁਕਰੀਆ ਜੀ, ਮਿਹਰਬਾਨੀ, ਜਿਹੜਾ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਅਤੇ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ। ਵੀਡੀਓ ਵਧੀਆ ਤੋਂ ਵਧੀਆ ਤੁਹਾਡੇ ਵਾਸਤੇ ਆਉਂਦੀਆਂ ਰਹਿਣਗੀਆਂ। ਲਾਈਕ, ਸ਼ੇਅਰ ਐਂਡ ਕਮੈਂਟ ਕਰਨਾ ਨਾ ਭੁੱਲਿਆ ਕਰੋ। ਮਿਹਰਬਾਨੀ ਜੀ, ਰੱਬ ਰਾਖਾ।